ਇਹਦੇ ਵਿਕਾਸ ਦੀ ਗੱਲ ਕਰਦੇ ਨੇ। ਵਿਕਾਸ ਇਹ ਵੱਡੇ ਵੱਡੇ ਕਾਰਪੋਰੇਟਾਂ ਦਾ, ਸਨਅਤਕਾਰਾਂ ਦਾ, ਵਪਾਰੀਆਂ ਦਾ, ਵੱਡੇ ਉਹਨਾਂ ਦਾ ਵਿਕਾਸ ਨੂੰ ਵਿਕਾਸ ਗਿਣਦੇ ਨੇ, ਗਰੀਬਾਂ ਦੇ ਵਿਕਾਸ ਨੂੰ ਤਾਂ ਇਹ ਗਿਣਦੇ ਨੇ। ਠੱਗੀ ਠੋਰੀ ਦੇ ਮਾਮਲੇ ਜਿਹੜੇ ਉਹ ਲਗਾਤਾਰ ਵੱਧ ਰਹੇ ਨੇ, ਉਹਨਾਂ ਠੱਗੀ ਠੋਰੀ ਦੇ ਮਾਮਲਿਆਂ ਨੂੰ ਲੈ ਕੇ ਇੱਕ ਯੂਟਿਊਬਰ ਆ ਭਾਨਾ ਸਿੱਧੂ, ਉਹਨਾਂ ਦਾ ਇੱਕ ਵਿਵਾਦ ਛਿੜਦਾ, ਉਹਨਾਂ ਦੇ ਪਰਚੇ ਦਰਜ ਹੁੰਦੇ ਨੇ, ਉਹਨਾਂ ਦਾ ਵੱਡਾ ਇਕੱਠ ਹੁੰਦਾ, ਫਿਰ ਲੋਕ ਇਹ ਕਹਿੰਦੇ ਨੇ, ਕਹਿੰਦੇ ਕਿਸਾਨੀ ਨੂੰ ਤਾਂ ਅਗਰਾਹਾਂ ਗਰੁੱਪ ਬਚਾਉਣ ਦੀ ਕੋਸ਼ਿਸ਼ ਕਰ ਰਿਹਾ, ਕਿਸਾਨਾਂ ਦੀਆਂ ਗੱਲਾਂ ਵੀ ਕਰ ਰਿਹਾ, ਪਰ ਕਹਿੰਦੇ ਇੱਥੇ ਵੀ ਸਟੈਂਡ ਲੈਣਾ ਚਾਹੀਦਾ ਸੀ, ਇਹ ਵੀ ਤਾਂ ਕਿਸਾਨੀ ਦੇ ਨਾਲ ਜੁੜਿਆ ਹੋਇਆ ਮੁੱਦਾ, ਪਿੰਡਾਂ ਦੇ ਲੋਕਾਂ ਦੇ ਨਾਲ ਜੁੜਿਆ ਹੋਇਆ ਮੁੱਦਾ, ਕਹਿੰਦੇ ਉੱਥੇ ਨਹੀਂ ਆਏ। ਅਸੀਂ ਯੂਟਿਊਬਰ ਹੋਈਏ, ਜੇ ਇੱਥੇ ਅਸੀਂ ਨੇ ਪਿਸ਼ਾਬ ਕੀਤਾ ਉਹ ਕਿਸੇ ਦਾ ਫਾਇਦਾ ਕਰ ਗਿਆ ਸੀ ਤਾਂ ਉਹ ਵੀ ਯੂਟਿਊਬ 'ਤੇ ਪਾ ਦੇਣਾ, ਜੇ ਕਿਸੇ ਨਾਲ ਰੋਟੀ ਖਾ ਕੇ ਕਿਸੇ ਨੂੰ ਦੋ ਰੋਟੀਆਂ ਦਿੱਤੀਆਂ ਸੀ ਤਾਂ ਉਹ ਵੀ ਯੂਟਿਊਬ 'ਤੇ ਪਾ ਦੇਣਾ। ਅਸੀਂ ਯੂਟਿਊਬਰ ਨਹੀਂ ਨਾ ਜੀ, ਭਾਨੇ ਸਿੱਧੂ ਤਾਂ ਪੰਜ ਚਾਰ ਕੇਸ ਉਹਨੇ ਜਿਹੜੇ ਉਹਨੇ ਛੜਾਏ ਛੁੜੇ ਹੋਣਗੇ ਬੰਦੇ ਉਹਨੇ ਜੀ, ਉਹ ਤਾਂ ਸੈਂਕੜੇ ਨੇ ਸਾਡੇ ਵੀ ਅਗਰਾਹਾਂ ਗਰੁੱਪ ਦੇ ਵਿੱਚੋਂ ਵੀ ਇੱਕ ਜਥੇਬੰਦੀ ਨਿਕਲ ਜਾਂਦੀ ਆ, ਉਹ ਅਲੱਗ ਤੋਂ ਇੱਕ ਸੂਬਾ ਪ੍ਰਧਾਨ ਉਹਨਾਂ ਦੇ ਬਣ ਜਾਂਦੇ ਨੇ, ਇਸ ਤਰ੍ਹਾਂ ਕਿਉਂ, ਇਹਦੇ ਕੀ ਕਾਰਨ ਨੇ? ਉਹਨਾਂ ਦੀ ਸਟੇਜ 'ਤੇ ਤਾਂ ਢਿੰਡਸਾ ਹੀ ਬੋਲਦਾ, ਉਹਨਾਂ ਦਾ ਆ ਕੇ ਸਿਮਰਜੀਤ ਮਾਨ ਵੀ ਬੋਲ ਜਾਂਦਾ, ਲੱਕਾ ਸਿਧਾਣਾ ਵੀ ਬੋਲਦਾ, ਪਰਮਿੰਦਰ ਵੀ ਬੋਲਦਾ। ਜਿਹੜੀ ਜਥੇਬੰਦੀ ਇਹ ਵਿਚਾਰਦੀ ਅਤੇ ਕਿਤੇ ਵੀ ਸਹਿਮਤ ਨਹੀਂ ਹੁੰਦੀ, ਉਹਨਾਂ ਨੇ ਤਾਂ ਵੱਖ ਹੋਣਾ ਹੀ ਆ, ਇਹਦਾ ਕਿਹੜਾ ਕਿਸੇ ਤੋਂ ਲਾਇਸੈਂਸ ਲੈਣਾ ਪੈਂਦਾ? ਆਪਦੇ ਬੰਦੇ ਇਕੱਠੇ ਕਰੋ, ਨਾਂ ਧਰੋ, ਝੰਡਾ ਬਣਾਓ ਅਤੇ ਜਥੇਬੰਦੀ ਬਣਾ ਲਓ, ਇੱਕ ਵਿਚਾਰਾਂ ਦੀ ਸਾਂਝ ਆ। ਅਸੀਂ ਕਹਿੰਦੇ ਵੀ ਜੇ ਤੁਸੀਂ ਮੁੱਖ ਮੰਤਰੀ ਸਾਨੂੰ ਵੀ ਬਣਾ ਦਿਓ ਨਾ, ਅਸੀਂ ਵੀ ਇਹੀ ਕੁਛ ਕਰਾਂਗੇ ਜਿਹੜਾ ਕੁਛ ਇਹ ਕਰ ਰਿਹਾ। ਕਿਸੇ ਦੇ ਚੋਣ ਮੈਨੀਫੈਸਟੋ ਦੇ ਵਿੱਚ ਨਹੀਂ ਹੋਊਗਾ ਇਹ, ਐਂ ਤਾਂ ਲਿਖ ਦੇਣਗੇ ਵੀ ਗਰੀਬੀ ਖਤਮ ਕਰ ਦਿਆਂਗੇ, ਇਹ ਨਹੀਂ ਲਿਖਦੇ ਵੀ ਗਰੀਬੀ ਅਤੇ ਅਮੀਰੀ ਦਾ ਪਾੜਾ ਖਤਮ ਕਰ ਦਿਆਂਗੇ, ਇਹ ਕਦੇ ਨਹੀਂ ਲਿਖਦੇ। ਜਿਹੜੇ ਤੁਹਾਡੇ ਲੋਕ ਹੁੰਦੇ ਨੇ ਉਹ ਫਿਰ ਕੰਮ ਤਾਂ ਕਰਦੇ ਨੇ, ਲੇਕਿਨ ਜਦੋਂ ਉਹਨਾਂ ਨੂੰ ਛੋਟਾ ਜਿਹਾ ਵੀ ਕੰਮ ਪੈਂਦਾ ਨਾ, ਉਹ ਫਿਰ ਰਾਜਨੀਤਿਕ ਲੋਕਾਂ ਦੇ ਨਾਲ ਜਾ ਜੁੜਦੇ ਨੇ, ਜਿਹੜੇ ਵੀ ਆਮ ਲੋਕ ਹੁੰਦੇ ਨੇ। ਮੇਰਾ ਤੁਹਾਡੇ 'ਤੇ ਉਲਟਾ ਸਵਾਲ ਹੈ ਜੀ, ਵੀ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਕਿਸੇ ਦੀ ਕੁਰਕੀ ਰੋਕੀ ਹੈ? ਰੌਲਾ ਇਹ ਆ ਵੀ ਸਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਵੀ ਅਸਲ 'ਚ ਸਾਡੀ ਸਮੱਸਿਆ ਦੀ ਜੜ੍ਹ ਕਿੱਥੇ। ਜਿਹੜੀ ਸਰਕਾਰ ਦੀਆਂ ਨੀਤੀਆਂ ਕਾਰਪੋਰੇਟ ਪੱਖੀ ਹੈ, ਉਹ ਲੋਕਾਂ ਦੀ ਸਰਕਾਰ ਕਦੇ ਹੋ ਹੀ ਨਹੀਂ ਸਕਦੀ। ਜਿੰਨਾ ਚਿਰ ਨੀਤੀਆਂ ਨਹੀਂ ਬਦਲਦੀਆਂ, ਪੋਲਸੀ ਨਹੀਂ ਬਦਲਦੀ, ਉਹਨਾਂ ਚਿਰ ਇੱਥੋਂ ਦੇ ਲੋਕਾਂ ਦਾ ਕੁਛ ਨਹੀਂ ਬਣ ਸਕਦਾ। ਸਤਿ ਸ਼੍ਰੀ ਅਕਾਲ, ਬੀ ਸੋਸ਼ਲ ਦੇ ਖਾਸ ਇੰਟਰਵਿਊ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਮਨਪ੍ਰੀਤ ਰਾਮਣਵਾਸ, ਅੱਜ ਦੀ ਇੰਟਰਵਿਊ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀ ਕਿਸਾਨੀ ਨੂੰ ਲੈ ਕੇ, ਅਤੇ ਨਾਲ ਹੀ 16 ਤਰੀਕ ਨੂੰ ਯਾਨੀ ਕਿ 16 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਅਤੇ ਵੱਖ ਵੱਖ ਜਥੇਬੰਦੀਆਂ ਦੇ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ। ਦੂਜੇ ਪਾਸੇ ਨਾਲ ਹੀ 13 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਵੱਲੋਂ ਜਿਹੜਾ ਦਿੱਲੀ ਨੂੰ ਕੂਚ ਕਰਨਾ, ਯਾਨੀ ਕਿ ਦੁਬਾਰਾ ਤੋਂ ਫਿਰ ਦਿੱਲੀ ਮੋਰਚਾ ਲਾਉਣ ਦੀਆਂ ਤਿਆਰੀਆਂ ਜਿਹੜੀਆਂ ਨੇ ਬਿੱਡ ਦਿੱਤੀਆਂ ਗਈਆਂ ਨੇ, ਐਲਾਨ ਕਰ ਦਿੱਤਾ ਗਿਆ। ਅੱਜ ਦੀ ਗੱਲਬਾਤ ਜਿਹੜੀ ਹੈਗੀ ਆ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਹੋਣਿਆਂ ਦੇ ਨਾਲ ਕਰਾਂਗੇ। ਗੱਲਬਾਤ ਪੰਜਾਬ ਦੀ ਕਿਸਾਨੀ ਨੂੰ ਲੈ ਕੇ ਵੀ ਹੋਵੇਗੀ, ਨਾਲ ਦੀ ਨਾਲ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਵੀ ਹੋਵੇਗੀ। ਅੱਜ ਦੀ ਗੱਲਬਾਤ ਦੇ ਵਿੱਚ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਹੋਣੀ ਹੋਣਗੇ, ਸਵਾਗਤ ਕਰ ਲੈਣੇ। ਪ੍ਰਧਾਨ ਜੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਜੀ। ਹੋਰ ਸਿਹਤਾਂ ਠੀਕ ਨੇ ਤੁਹਾਡੀਆਂ? ਜਿਵੇਂ ਮੈਂ ਗੱਲਬਾਤ ਕੀਤੀ ਹੈ, ਜਿਹੜਾ 16 ਤਰੀਕ ਨੂੰ ਹੈਗਾ ਭਾਰਤ ਬੰਦ ਦਾ ਸੱਦਾ ਜਿਹੜਾ ਦਿੱਤਾ ਗਿਆ ਤੁਹਾਡੇ ਵੱਲੋਂ, ਕੀ ਹੈਗਾ, ਕਿਸ ਤਰ੍ਹਾਂ ਦੀ ਪਲੈਨ ਹੈਗੀ ਆ, ਔਰ ਕਿਹੜੇ ਜਥੇਬੰਦੀਆਂ ਤੁਹਾਡੇ ਨਾਲ? ਦੇਖੋ, ਇਹ ਟਰੇਡ ਯੂਨੀਅਨ ਦੀ ਕਾਲ ਹੈ ਜੀ, ਟਰੇਡ ਯੂਨੀਅਨ ਨੇ ਇਹ ਕਾਲ ਕੀਤੀ ਹੈ। ਇਹ ਕਾਲ ਦਾ ਸਾਡੀ ਸੰਯੁਕਤ ਮੋਰਚਾ ਸਮਰਥਨ ਕਰਦਾ, ਕਿਉਂਕਿ ਪਿੱਛੇ ਅਸੀਂ ਦਿੱਲੀ ਦੇ ਵਿੱਚ ਕਨਵੈਨਸ਼ਨ ਕੀਤੀ ਸੀ ਜੀ ਟਰੇਡ ਯੂਨੀਅਨ ਨਾਲ ਸਾਂਝੀ ਜੀ, ਉੱਥੇ ਅਸੀਂ ਤੈਅ ਕੀਤਾ ਸੀਗਾ ਵੀ ਕੁਛ ਮੰਗਾਂ, ਜੇ ਮਤਲਬ ਕਿਸਾਨੀ ਦੀਆਂ ਮੰਗਾਂ ਨੇ, ਕਿਸਾਨੀ 'ਤੇ ਅੰਦੋਲਨ ਕਰਦੀ ਹੈ, ਉਦੋਂ ਟਰੇਡ ਯੂਨੀਅਨ ਸਮਰਥਨ ਚਾਹੁੰਦੀਆਂ। ਬਿਲਕੁਲ,
ਅਤੇ ਕਿਤੇ ਜੇ ਟਰੇਡ ਯੂਨੀਅਨ ਕੋਈ ਮੰਗਾਂ 'ਤੇ ਕੋਈ ਐਕਸ਼ਨ ਪਲੈਨ ਕਰਦੀਆਂ ਨੇ, ਉੱਥੇ ਕਿਸਾਨ ਸੰਯੁਕਤ ਮੋਰਚਾ ਉਹਨਾਂ ਦਾ ਸਮਰਥਨ ਕਰੂਗਾ ਉਸ ਰੋਸ਼ਨੀ 'ਚੋਂ ਇਹ ਕੀਤਾ। ਕੁਛ ਮੰਗਾਂ ਨੇ ਜੇ ਸਾਂਝੀਆਂ ਮੰਗਾਂ 'ਤੇ ਕਦੇ ਸਾਂਝਾ ਐਕਸ਼ਨ ਵੀ ਕੀਤਾ ਜਾ ਸਕਦਾ ਜੀ, ਇਹ ਤੈਅ ਹੋਇਆ ਸੀ ਜੀ ਉਹਦੇ ਤੈਅਸ਼ੁਦਾ ਪ੍ਰੋਗਰਾਮ 'ਚੋਂ। ਇਹ ਯਾਨੀ ਸੰਯੁਕਤ ਮੋਰਚੇ ਨੇ ਜਿਹੜਾ ਤੈਅ ਫੈਸਲਾ ਕੀਤਾ ਵੀ ਜਿਹੜਾ 16 ਤਰੀਕ ਦੀ ਹੜਤਾਲ ਹੈ ਟਰੇਡ ਯੂਨੀਅਨ ਦੀ ਇੰਡੀਆ ਪੱਧਰ ਦੀ, ਉਹਦੇ 'ਚ ਬੰਦ ਦਾ ਸੱਦਾ ਜਿਹੜਾ ਦਿੱਤਾ ਉਹਨਾਂ ਨੇ, ਉਹਦਾ ਸਮਰਥਨ ਕਰਨ ਵਾਸਤੇ ਫੈਸਲਾ ਕੀਤਾ ਸੰਯੁਕਤ ਮੋਰਚੇ ਨੇ। ਇਹਦੇ ਵਿੱਚ ਲਗਭਗ ਸੰਯੁਕਤ ਮੋਰਚੇ ਦੀਆਂ ਸਾਰੀਆਂ ਜਥੇਬੰਦੀਆਂ ਸ਼ਾਮਿਲ ਨੇ। ਸਾਰੇ ਭਾਰਤ ਦੇ ਵਿੱਚ ਵੱਖਰੇ ਵੱਖਰੇ ਤੌਰ 'ਤੇ ਉਹਨਾਂ ਨੇ ਮੀਟਿੰਗਾਂ ਕੀਤੀਆਂ ਨੇ। ਪਹਿਲਾਂ 3 ਤਰੀਕ ਨੂੰ ਮੀਟਿੰਗਾਂ ਕੀਤੀਆਂ ਜ਼ਿਲ੍ਹਾ ਹੈੱਡਕੁਆਟਰਾਂ ਦੀਆਂ, ਅਤੇ ਫਿਰ ਤਹਿਸੀਲ ਹੈੱਡਕੁਆਟਰ 'ਤੇ 5 ਤਰੀਕ ਨੂੰ ਮੀਟਿੰਗਾਂ ਕਰਕੇ ਉਹਨਾਂ ਨੇ ਆਪਣੀਆਂ ਤਿਆਰੀਆਂ ਕਿੱਥੇ ਕਿੱਥੇ ਉਹਨਾਂ ਨੇ ਕੀ ਐਕਸ਼ਨ ਪਲੈਨ ਕਰਨੇ ਨੇ ਉਹਦੀ ਸਕੀਮ ਬਣਾਈ। ਜਿਸ ਤਰ੍ਹਾਂ ਦੇ ਨਾਲ 16 ਤਰੀਕ ਦਾ ਜਿਹੜਾ ਹੈਗਾ ਭਾਰਤ ਬੰਦ ਦਾ ਸੱਦਾ, ਅਤੇ ਨਾਲ ਹੀ ਜਿਹੜਾ ਹੈਗਾ ਗੈਰ ਰਾਜਨੀਤਿਕ ਜਿਹੜਾ ਸੰਯੁਕਤ ਕਿਸਾਨ ਮੋਰਚਾ, ਉਹਨਾਂ ਦੇ ਵੱਲੋਂ 13 ਫਰਵਰੀ ਨੂੰ ਜਿਹੜਾ ਐਲਾਨ ਕਰ ਦਿੱਤਾ ਗਿਆ ਕਿ ਦੁਬਾਰਾ ਤੋਂ ਮੋਰਚਾ ਲਾਉਣ ਜਾ ਰਹੇ ਆ। ਮੋਰਚਾ ਇਸ ਕਰਕੇ ਆ, ਕਹਿੰਦੇ ਬਹੁਤ ਸਾਰੀਆਂ ਮੰਗਾਂ ਸੀ ਉਹ ਪੂਰੀਆਂ ਨਹੀਂ ਹੋਣਾਂ, ਅਤੇ ਬਹੁਤ ਸਾਰੇ ਲੋਕ ਉੱਥੋਂ ਉੱਠ ਕੇ ਆ ਗਏ ਸੀ, ਉਹਨਾਂ ਨੂੰ ਪੂਰਾ ਕਰਨ ਦੇ ਲਈ ਅਸੀਂ ਦੁਬਾਰਾ ਫਿਰ ਚੱਲੇ ਹਾਂ ਉੱਥੇ। ਦੇਖੋ ਜਿਹੜਾ ਹੈਗਾ ਸੰਯੁਕਤ ਮੋਰਚੇ ਦਾ ਕਾਲ ਜਿਹੜੀ ਮੁਲਤਵੀ ਕੀਤਾ ਸੀ ਆਪਾਂ 2021 ਦੇ ਵਿੱਚ ਦਸੰਬਰ ਦੇ ਵਿੱਚ, ਮੰਗਾਂ ਰਹਿੰਦੀਆਂ ਮੰਗਾਂ 'ਤੇ ਮੋਰਚਾ, ਉਹਨਾਂ 'ਤੇ ਲਗਾਤਾਰ ਸੰਯੁਕਤ ਮੋਰਚਾ ਆਪਣੀਆਂ ਕਾਲਾਂ ਦੇ ਰਹੇ ਜੀ। ਇਹ ਸਾਥੀ ਇਹਨੇ ਕੁਛ ਗੈਰ ਰਾਜਨੀਤਿਕ ਸੰਯੁਕਤ ਮੋਰਚੇ ਨਾਲ ਵੱਖ ਹੋ ਕੇ ਗੈਰ ਰਾਜਨੀਤਿਕ ਮੋਰਚਾ ਬਣਾ ਲਿਆ ਸੀ। ਇਹ ਆਪਣੇ ਤੌਰ 'ਤੇ ਉਹਨਾਂ ਮੰਗਾਂ ਦੇ ਉੱਤੇ ਪ੍ਰੋਗਰਾਮ 13 ਤਰੀਕ ਦਾ ਦਿੱਤਾ ਹੋਇਆ। ਇਹਦੇ ਬਾਰੇ 'ਚੋਂ ਕੀ ਕਰਨਗੇ ਕਿਵੇਂ ਕਰਨਗੇ ਇਹ ਤਾਂ ਉਹੀ ਜਾਣ ਜਵਾਬ ਦੇ ਸਕਦੇ ਆ ਜੀ। ਇਹ ਤਾਂ ਉਹਨਾਂ ਦੀ ਕਾਲ ਹੈ, ਅਸੀਂ ਆਪਣੇ ਤੌਰ 'ਤੇ ਕਾਲਾਂ ਜਿਹੜੀਆਂ ਸੰਯੁਕਤ ਮੋਰਚਾ ਆਪਣੇ ਤੌਰ 'ਤੇ ਕਾਲ, ਜਿਵੇਂ 26 ਜਨਵਰੀ ਦਾ ਹੁਣ ਟਰੈਕਟ ਮਾਰਚ ਕਰਕੇ ਹਟਿਆ ਸੀ, ਅੱਗੇ ਅਸੀਂ ਫਿਰ ਮੀਟਿੰਗ ਕਰਕੇ ਅਸੀਂ ਚਾਹੁੰਦੇ ਹਾਂ ਵੀ ਕੋਈ ਅੱਗੇ ਫਰਵਰੀ ਦੇ ਲਾਸਟ ਦੇ ਵਿੱਚ ਜਾਂ ਮਾਰਚ ਦੇ ਪਹਿਲੇ ਹਫ਼ਤੇ ਕੋਈ ਵੱਡਾ ਐਕਸ਼ਨ ਪ੍ਰੋਗਰਾਮ ਹੋ ਸਕਦਾ, ਦਿੱਲੀ ਦਾ ਵੀ ਹੋ ਜਾਵੇ ਜੀ, ਕੋਈ ਤੈਅ ਕਰਨ ਦੀ ਸਕੀਮ ਸੋਚ ਰਹੇ ਹਾਂ, ਪਲੈਨ ਬਣਾ ਰਹੇ ਹਾਂ ਜੀ। ਅਤੇ ਇਸ ਤੋਂ ਬਾਅਦ ਜਿਹੜਾ ਲੰਘ ਜਾਂਦੀ ਹੈ 16 ਤਰੀਕ, ਉਦੋਂ ਬਾਅਦ ਕੋਈ ਮੀਟਿੰਗ ਮੂਟਿੰਗ ਕਰਕੇ ਸੰਯੁਕਤ ਮੋਰਚੇ ਦੀ ਅਗਲਾ ਐਕਸ਼ਨ ਦੇਵਾਂਗੇ ਜੀ। ਪ੍ਰਧਾਨ ਜੀ, ਜਦੋਂ ਗੱਲ ਤੁਸੀਂ ਪਿਛਲੇ ਦਿਨਾਂ 'ਚ ਕੁਛ ਇੰਟਰਵਿਊ ਵੀ ਦਿੱਤੇ, ਗੱਲਬਾਤ ਵੀ ਮੈਂ ਸੁਣੀ ਤੁਹਾਡੀ, ਕਿ ਅਸੀਂ ਇੱਕ ਕੋਸ਼ਿਸ਼ ਵੀ ਕਰ ਰਹੇ ਹਾਂ ਜਿਹੜਾ ਚੰਡੀਗੜ੍ਹ ਮੋਰਚਾ ਲੱਗਿਆ ਉਹਦਾ ਇੱਕ ਇਹ ਵੀ ਪੱਖ ਰਿਹਾ ਵੀ ਕੁਛ ਲੋਕ ਸੀ ਜਿਹੜੇ ਪਾਸੇ ਹੋਏ, ਉਹਨਾਂ ਨੇ ਚੋਣਾਂ ਲੜੀਆਂ, ਹੋਰ ਸਾਰਾ ਕੁਝ ਹੋਇਆ, ਪਰ ਉਹ ਸਾਡੇ ਨਾਲ ਫੇਰ ਆਏ, ਕਈ ਮਤਭੇਦ ਭੁਲਾ ਕੇ ਜਿਹੜਾ ਆਏ। ਤੁਸੀਂ ਕੋਸ਼ਿਸ਼ ਕੀਤੀ ਹੈ ਇਸ ਤਰ੍ਹਾਂ ਸੰਯੁਕਤ ਕਿਸਾਨ ਮੋਰਚਾ ਜਿਹੜਾ ਗੈਰ ਰਾਜਨੀਤਿਕ ਬਣਿਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼, ਜਾਂ ਤੁਹਾਡੇ ਨਾਲ ਉਹਨਾਂ ਨੇ ਕੀਤੀ ਹੋਵੇ ਕਿ ਕਿਉਂ ਆਪਾਂ ਕਿਸਾਨੀ ਨਹੀਂ ਲੜ ਰਹੇ ਹਾਂ, ਇਕੱਠੇ ਹੋ ਜਾਈਏ? ਦੇਖੋ ਅਸੀਂ ਆਪਣੇ ਤੌਰ 'ਤੇ ਸਾਡੀ ਜਥੇਬੰਦਕ ਤੌਰ 'ਤੇ ਅਸੀਂ ਨਹੀਂ ਅਜੇ ਤੱਕ ਕੋਈ ਕੋਸ਼ਿਸ਼ ਕੀਤੀ, ਕਿਉਂਕਿ 32 ਜਥੇਬੰਦੀਆਂ ਵੱਲੋਂ ਸੀਗਾ ਇਹ ਵੀ ਅਸੀਂ ਉਪਰਾਲਾ ਕਰ ਰਹੇ ਹਾਂ ਜੀ। ਉੱਧਰੋਂ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਹੈ ਸਾਡੇ ਨਾਲ, ਜਿਹੜੇ ਜਿਹੜੀਆਂ ਜਥੇਬੰਦੀਆਂ ਜਿਵੇਂ ਸਰਵਣ ਭਨੇਰ ਵਰਗੀ ਦੀ ਜਥੇਬੰਦੀ ਹੈ, ਅਤੇ ਇਹ ਜਥੇਬੰਦੀਆਂ ਨੇ ਸਾਡੇ ਨਾਲ ਪਹਿਲਾਂ ਸਾਂਝੀ ਮੀਟਿੰਗ ਵੀ ਕੀਤੀ ਹੈ ਜੀ, ਅਤੇ ਉਹ ਕਹਿੰਦੇ ਸੀ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ ਇਹ ਜਥੇਬੰਦੀਆਂ ਜਿਹੜੀਆਂ ਜਥੇਬੰਦੀਆਂ ਚੋਣਾਂ 'ਚ ਗਈਆਂ ਸੀ ਉਹ ਚੋਣਾਂ ਬਾਰੇ ਕੀ ਕਹਿੰਦੀਆਂ ਨੇ ਜੀ, ਕਿ ਇਹ ਆਪਣੀ ਗਲਤੀ ਦਾ ਅਹਿਸਾਸ ਕਰਦੀਆਂ ਨੇ ਉਹ ਜੀ, ਵੀ ਅਸੀਂ ਚੋਣਾਂ ਦੇ ਵਿੱਚ ਜਥੇਬੰਦੀ ਨੂੰ ਚੋਣਾਂ ਦੇ ਵਿੱਚ ਕਨਵਰਟ ਕਰਕੇ ਪਾਰਟੀ ਨਹੀਂ ਬਣਾਵਾਂਗੇ, ਜਾਂ ਪਾਰਟੀ ਦੇ ਵਿੱਚੋਂ ਜਿਹੜੀ ਉਹਨਾਂ ਨੇ ਸੰਯੁਕਤ ਸਮਾਜ ਪਾਰਟੀ ਬਣਾਈ ਹੈ ਉਹਦੇ ਬਾਰੇ ਉਹਨਾਂ ਨੇ ਕੀ ਕੀਤਾ, ਉਹ ਕਰਕੇ ਜੇ ਉਹ ਫੈਸਲਾ ਉਹਨਾਂ ਨੇ ਪਿਛਲੇ ਦਿਨਾਂ ਦੀ ਮੀਟਿੰਗ ਮੂਟਿੰਗ ਕਰਕੇ ਉਹਨਾਂ ਨੂੰ ਵਿੱਚ ਲਿਆ, ਉਹਨਾਂ ਨੇ ਕੋਈ ਚੋਣਾਂ ਬਾਰੇ ਗਲਤੀ ਦਾ ਅਹਿਸਾਸ ਕੀਤਾ ਜੀ, ਉਹਦੇ ਬਾਰੇ ਜਾਨੀ ਪੂਰੀ ਰਿਪੋਰਟ ਅਜੇ ਸੰਯੁਕਤ ਮੋਰਚੇ ਦੀ ਮੀਟਿੰਗ ਦੇ ਵਿੱਚ ਹੋਣੀ ਹੈ ਜੀ ਕੀ ਹੈ, ਅਤੇ ਜੇ ਕੋਈ ਆਉਂਦਾ ਸਾਥੀ ਸਾਡਾ ਕਿਸੇ ਨਾਲ ਕੀ ਹੈ ਜੀ, ਜੇ ਕੋਈ ਕਿਸੇ ਆਪਣੀ ਗਲਤੀ ਦਾ ਅਹਿਸਾਸ ਕਰਕੇ ਵਾਪਸ ਮੁੜ ਕੇ ਸੰਯੁਕਤ ਮੋਰਚੇ 'ਚ ਆਉਂਦਾ, ਜਿਹੜੀ ਗਲਤੀ ਹੋ ਗਈ ਮੁੜ ਕੇ ਨਾ ਕਰਨ ਦਾ ਵਿਸ਼ਵਾਸ ਦਵਾਉਂਦਾ, ਅੱਗੇ ਤੋਂ ਸੰਯੁਕਤ ਮੋਰਚਾ ਮਜ਼ਬੂਤ ਹੁੰਦਾ, ਕੋਈ ਮਾੜੀ ਗੱਲ। ਪ੍ਰਧਾਨ ਜੀ, ਜਦੋਂ ਗੱਲ ਕਿਸਾਨੀ ਦੀ ਕਰਦੇ ਹਾਂ, ਜਦੋਂ ਪਹਿਲਾਂ ਦੇਖਦੇ ਹਾਂ ਇੱਕ ਜਥੇਬੰਦੀ ਹੁੰਦੀ ਸੀ, ਉਸ ਤੋਂ ਬਾਅਦ ਅਨੇਕਾਂ ਜਥੇਬੰਦੀਆਂ ਵੱਖ ਵੱਖ ਨਾਵਾਂ ਦੇ ਨਾਲ ਉਸ ਤਰ੍ਹਾਂ ਬਣੀਆਂ, ਤੁਹਾਨੂੰ ਲੱਗਦਾ ਹੈ ਕਿ ਕੀ ਕਾਰਨ ਰਹੇ ਹੋਣਗੇ, ਕਿਉਂ ਇਸ ਤਰ੍ਹਾਂ ਜਥੇਬੰਦੀਆਂ ਤਕਰੀਬਨ ਤੁਹਾਡੇ
ਗਰੁੱਪ ਦੇ ਵਿੱਚੋਂ ਵੀ ਅਗਰਾਹਾਂ ਗਰੁੱਪ ਦੇ ਵਿੱਚੋਂ ਵੀ ਇੱਕ ਜਥੇਬੰਦੀ ਨਿਕਲ ਜਾਂਦੀ ਆ, ਉਹ ਅਲੱਗ ਤੋਂ ਇੱਕ ਸੂਬਾ ਪ੍ਰਧਾਨ ਉਹਨਾਂ ਦੇ ਬਣ ਜਾਂਦੇ ਨੇ, ਇਸ ਤਰ੍ਹਾਂ ਕਿਉਂ, ਇਹਦੇ ਕੀ ਕਾਰਨ ਨੇ? ਤੁਹਾਨੂੰ ਲੱਗਦਾ ਹੀ ਕਿਤੇ ਨਾ ਕਿਤੇ ਹੱਲ ਹੋ ਪਾਊਗਾ, ਜਥੇਬੰਦੀਆਂ ਸਮਝ ਪਾਉਣਗੀਆਂ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ? ਦੇਖੋ, ਜਥੇਬੰਦੀਆਂ ਦਾ ਜਦੋਂ ਵਿਸਤਾਰ ਹੁੰਦਾ ਦਿੱਲੀ ਮੋਰਚੇ ਦੇ ਵਿੱਚ, ਜਿਵੇਂ ਚੱਲ ਸਾਡੀ ਜਥੇਬੰਦੀ ਤੁਸੀਂ ਸਵਾਲ ਕੀਤਾ ਵੀ ਤੁਹਾਡੀ ਜਥੇਬੰਦੀ ਵਿੱਚੋਂ ਵੀ ਗਏ, ਹਾਂਜੀ, ਹਰੇਕ ਜਥੇਬੰਦੀ 'ਚ ਦਿੱਲੀ ਮੋਰਚੇ ਦੇ ਵਿੱਚ ਬਹੁਤ ਵੱਡਾ ਹਿੱਸਾ, ਵੱਡਾ ਨਵਾਂ ਆਇਆ, ਨਵਾਂ ਆਇਆ ਅਤੇ ਨਵੇਂ ਹਿੱਸੇ ਨੇ, ਬਹੁਤ ਸਾਰੇ ਆਗੂਆਂ ਨੂੰ ਨਵੇਂ ਹਿੱਸੇ ਦੇ ਵਿੱਚ ਆਉਣ ਨਾਲ, ਆਪਦੀ ਜਥੇਬੰਦੀ ਦੇ ਵਿੱਚ ਬੰਦਿਆਂ ਦੀ ਸ਼ਾਮਿਲ ਹੋਣ ਨਾਲ ਲੋਕਾਂ ਦੇ ਪੈਰ ਤਾਂ ਚੱਕੇ ਜਾਂਦੇ ਨੇ, ਉਹ ਮਰਜ਼ੀ ਦੇ ਫੈਸਲੇ ਲੈਂਦੇ ਨੇ, ਫਿਰ ਜਥੇਬੰਦੀ ਦੇ ਡਿਸਪਲਿਨ ਨੂੰ ਨਹੀਂ ਮੰਨਦੇ, ਜਥੇਬੰਦੀ ਦੇ ਕਾਇਦੇ ਕਾਨੂੰਨਾਂ ਦੀ ਉਲੰਘਣਾ ਕਰਦੇ ਨੇ, ਗੈਰ ਜਥੇਬੰਦਕ ਕਾਰਵਾਈਆਂ ਕਰਦੇ ਨੇ, ਫਿਰ ਜਦੋਂ ਉਹਨਾਂ 'ਤੇ ਕਾਰਵਾਈ ਹੁੰਦੀ ਆ ਉਹ ਵੱਖ ਹੁੰਦੇ ਨੇ, ਇਹ ਤਾਂ ਸੁਭਾਵਿਕ ਹੀ ਹੈ ਜੀ। ਜਦੋਂ ਕਿਸੇ ਨੂੰ ਆਪਾਂ ਡਿਸਪਲਿਨ ਦੇ ਵਿੱਚ ਰੱਖਣਾ ਚਾਹਾਂਗੇ, ਕਈ ਵਾਰ ਇਸ ਤਰ੍ਹਾਂ ਹੋ ਜਾਂਦਾ ਵੀ ਯਾਰ ਸਾਡੇ ਬਗੈਰ ਇਹਨਾਂ ਦਾ ਕਿਵੇਂ ਜਥੇਬੰਦੀ ਦਾ ਕਿਵੇਂ ਚੱਲੂਗਾ, ਇਹ ਫਿਰ ਜਥੇਬੰਦੀ ਚੱਲਦੀ ਹੈ ਕਿ ਨਹੀਂ ਚੱਲਦੀ ਇਹ ਤਾਂ ਸਵਾਲ ਨਹੀਂ ਹੁੰਦਾ ਜੀ। ਜਥੇਬੰਦੀ ਨੇ ਆਪਦੇ ਕਾਇਦੇ ਕਾਨੂੰਨ ਨੂੰ ਕਾਇਮ ਰੱਖਣਾ ਹੈ ਤਾਂ ਉਹਦੇ 'ਤੇ ਡਿਸਪਲਿਨਰੀ ਕਾਰਵਾਈ ਕਰਨੀ ਪੈਣੀ ਹੈ। ਇਸ ਤਰ੍ਹਾਂ ਜਿਹੜੀ ਵੀ ਜਥੇਬੰਦੀ ਨੇ ਕਿਸੇ 'ਤੇ ਕੀਤੀ ਹੈ, ਉਹ ਜਥੇਬੰਦੀ ਨੇ ਟੁੱਟ ਕੇ ਉਹਨੇ ਕੋਈ ਸੱਡ ਬੰਦੇ ਬਣਾ ਲਏ, ਇਹਦਾ ਕਿਹੜਾ ਕਿਸੇ ਤੋਂ ਲਾਇਸੈਂਸ ਲੈਣਾ ਪੈਂਦਾ? ਆਪਦੇ ਬੰਦੇ ਇਕੱਠੇ ਕਰੋ, ਨਾਂ ਧਰੋ, ਝੰਡਾ ਬਣਾਓ ਅਤੇ ਜਥੇਬੰਦੀ ਬਣਾ ਲਓ, ਇੱਕ ਵਿਚਾਰਾਂ ਦੀ ਸਾਂਝ ਹੈ। ਉਹੋ ਜਿਹਾ ਨਹੀਂ, ਸਾਨੂੰ ਤਾਂ ਇਹ ਪਤਾ ਲੱਗ ਗਿਆ ਵੀ ਉਸ ਤੋਂ ਬਾਅਦ ਜਿਹੜੇ ਸਾਡੇ ਨਾਲ ਵੱਖ ਹੋ ਕੇ ਗਏ ਨੇ ਸਾਥੀ, ਉਹਨਾਂ ਦਾ ਜਿਵੇਂ ਅਸੀਂ ਸਾਡੀ ਤਾਂ ਲੰਘਣਾ ਵੀ ਅਸੀਂ ਕਿਸੇ ਰਾਜਨੀਤਿਕ ਪਾਰਟੀ ਨਾਲ ਮਨ 'ਚ ਸਾਂਝਾ ਨਹੀਂ ਕਰਦੇ। ਉਹਨਾਂ ਤੀਜਾ ਦਿਨ ਨਹੀਂ ਲਾਇਆ, ਉਹਨਾਂ ਦੀ ਸਟੇਜ 'ਤੇ ਤਾਂ ਢਿੰਡ ਸਾਹਿਬ ਬੋਲਦਾ, ਉਹਨਾਂ ਦਾ ਆ ਕੇ ਸਿਮਰਜੀਤ ਮਾਨ ਵੀ ਬੋਲ ਜਾਂਦਾ, ਲੱਕਾ ਸਿਧਾਣਾ ਵੀ ਬੋਲਦਾ, ਪਰਮਿੰਦਰ ਵੀ ਬੋਲਦਾ, ਉਹਨਾਂ ਦੀ ਸਟੇਜ 'ਤੇ ਕੋਈ ਵੀ ਬੋਲੇ ਜੇ ਇਹ ਠੀਕ ਹੈ, ਜੇ ਇਹ ਵਿਚਾਰ ਪਿਆ ਸਾਡੇ ਵਿੱਚ, ਜਿਹੜੀ ਜਥੇਬੰਦੀ ਇਹ ਵਿਚਾਰ ਦੀ 'ਤੇ ਕਿਤੇ ਵੀ ਸਹਿਮਤ ਨਹੀਂ ਹੁੰਦੀ, ਉਹਨਾਂ ਨੇ ਤਾਂ ਵੱਖ ਹੋਣਾ ਹੀ ਆ। ਕਿਸੇ ਦੇ ਵਿਚਾਰਾਂ ਦੇ ਵਿੱਚ ਜੇ ਵਖਰੇਵਾਂ ਪਿਆ ਤਾਂ ਉਹਨਾਂ ਨੂੰ ਇਹ ਠੀਕ ਲੱਗਦਾ ਵੀ ਸਾਨੂੰ ਤਾਂ ਕਰਨਾ ਚਾਹੀਦਾ ਸੀ, ਜਥੇਬੰਦੀ ਨਹੀਂ ਕਰਦੀ, ਫਿਰ ਉਹਨਾਂ ਦਾ ਤਾਂ ਨਾਲ ਰਹਿਣਾ ਸੰਭਵ ਕਦੇ ਹੁੰਦਾ ਹੀ ਨਹੀਂ ਜੀ। ਇਸ ਕਰਕੇ ਐਰਾਂ ਨਖੇੜੇ ਹੁੰਦੇ ਨੇ, ਇਹ ਇੱਕ ਜਥੇਬੰਦੀ 'ਚ ਨਹੀਂ, ਸਾਰੇ ਪੰਜਾਬ ਦੀਆਂ ਜਥੇਬੰਦੀਆਂ 'ਚ ਜੀ। ਪ੍ਰਧਾਨ ਜੀ, ਜਦੋਂ ਗੱਲ ਕਰਦੇ ਹਾਂ ਮੋਰਚਿਆਂ ਦੀ, ਤੁਸੀਂ ਕੈਪਟਨ ਅਮਰਿੰਦਰ ਸਿੰਘ ਹੋਣਿਆਂ ਦੇ ਖਿਲਾਫ਼ ਵੀ ਵੱਡੇ ਮੋਰਚੇ ਲਾਏ, ਬਾਦਲਾਂ ਦੇ ਖਿਲਾਫ਼ ਵੀ ਵੱਡੇ ਮੋਰਚੇ, ਯਾਨੀ ਕਿ ਜਿਹੜੀ ਵੀ ਸਰਕਾਰ ਰਹੀ ਉਹਨਾਂ ਦੇ ਖਿਲਾਫ਼ ਵੱਖ ਵੱਖ ਰੂਪ 'ਚ ਵੱਖ ਵੱਖ ਐਕਸ਼ਨ ਹੁੰਦੇ ਰਹੇ, ਤਾਂ ਹੁਣ ਜਿਹੜੀ ਸੱਤਾ ਦੇ ਵਿੱਚ ਭਗਵੰਤ ਸਿੰਘ ਮਾਨ ਹੋਣਿਆਂ ਦੀ ਸਰਕਾਰ ਆ, ਆਮ ਆਦਮੀ ਪਾਰਟੀ ਸਰਕਾਰ ਆ, ਇਹਨੂੰ ਕਿਵੇਂ ਵੇਖਦੇ ਹੋ? ਪਿਛਲੇ ਤਜਰਬੇ ਵੀ ਰਹੇ ਤੁਹਾਡੇ ਇਸ ਸਰਕਾਰ ਨੂੰ ਪੰਜਾਬ ਪ੍ਰਤੀ, ਤੁਹਾਨੂੰ ਲੱਗਦਾ ਪੰਜਾਬ ਦਾ ਕੋਈ ਉਸ ਤਰ੍ਹਾਂ ਦਾ ਫਾਇਦਾ? ਅੱਜ ਤਾਂ ਤੁਸੀਂ ਵੀ ਦੇਖ ਲਿਆ ਪੰਜਾਬ ਭਗਵੰਤ ਮਾਨ ਦੀ ਸਰਕਾਰ ਨੂੰ ਲਗਭਗ 2.5 ਸਾਲ ਹੋ ਗਏ ਬਣੇ ਨੂੰ, ਉਹਨਾਂ ਨੇ ਸੱਤਾ 'ਚ ਆਇਆ ਨੂੰ ਚਿਰ ਹੋ ਗਿਆ, ਮੇਰੇ ਖਿਆਲ 'ਚ ਸ਼ਾਇਦ 2 ਸਾਲ ਹੀ ਹੋਈਆਂ ਸੀ ਚੋਣਾਂ, 2 ਸਾਲ ਦਾ ਅਰਸਾ ਹੋਣ ਵਾਲਾ, ਯਾਨੀ ਅਸੀਂ ਤਾਂ ਇਹਨਾਂ ਨੂੰ ਆਉਣ ਤੋਂ ਪਹਿਲਾਂ ਕਿਹਾ ਸੀ ਵੀ ਤੁਸੀਂ ਦੂਜੇ ਦੇਖੇ ਨੇ, ਦੇਖੇ ਨਹੀਂ ਕੋਈ ਫਰਕ ਨਹੀਂ ਹੋਣਾ, ਕਿਉਂਕਿ ਜਿਨ੍ਹਾਂ ਨੇ ਜਿਹੜੇ ਇਹਨਾਂ ਦੇ ਸੰਚਾਲਕ ਨੇ, ਜਿਹੜੇ ਇਹਨਾਂ ਨੂੰ ਚਲਾਉਂਦੇ ਨੇ, ਨਵੀਆਂ ਆਰਥਿਕ ਨੀਤੀਆਂ ਉਸੇ ਤਰ੍ਹਾਂ ਉਹੀ ਲਾਗੂ ਕਰਨੀਆਂ, ਕਾਰਪੋਰੇਟਾਂ ਨੂੰ ਉਵੇਂ ਹੀ, ਕੰਪਨੀਆਂ ਨੂੰ ਪੂੰਜੀ ਨਿਵੇਸ਼ ਕਰਨ ਵਾਸਤੇ ਕਹਿਣਾ, ਉਹੀ ਡੰਡਾ, ਉਹੀ ਝੰਡਾ, ਉਹੀ ਬੇਰੁਜ਼ਗਾਰੀ ਦਾ ਆਲਮ, ਉਹੀ ਨਸ਼ਿਆਂ ਦਾ ਆਲਮ, ਉਸੇ ਤਰ੍ਹਾਂ ਹਾਲਤ ਦੇ ਵਿੱਚ ਕੋਈ ਤਬਦੀਲੀ ਨਹੀਂ ਹੋਈ, ਕਿਉਂਕਿ ਬਦਲਿਆ ਕੁਛ ਨਹੀਂ ਜੀ, ਬੰਦੇ ਬਦਲੇ ਹੈ, ਲੋਕਾਂ ਨੂੰ ਗੁੱਸਾ ਸੀ, ਕਾਂਗਰਸ ਤੋਂ ਲੋਕ ਤੰਗ ਸੀ, ਅਕਾਲੀਆਂ ਤੋਂ ਲੋਕ ਤੰਗ ਸੀ, ਉਹਨਾਂ ਤੋਂ ਤੰਗ ਹੋ ਕੇ ਉਹਨਾਂ ਨੇ ਜਿਹੜੇ ਉਹਨਾਂ ਨੂੰ ਦੇਖੇ ਠੀਕ ਲੱਗੇ, ਜਿਹੜੇ ਸਾਹਮਣੇ ਆਏ ਉਹਨਾਂ ਨੂੰ ਵੋਟਾਂ ਪਾ ਕੇ, ਆਪ ਵਾਲਿਆਂ ਨੂੰ ਬਣਾਤਾ, ਆਪ ਵਾਲਿਆਂ ਤੋਂ ਆਸ ਸੀ ਵੀ ਇਹ ਸ਼ਾਇਦ ਉਹਨਾਂ ਨੂੰ ਕੁਝ ਵੱਖਰਾ ਕਰਨਗੇ, ਲੋਕਾਂ ਨੂੰ ਆਸ ਜੀ, ਪਰ ਸਾਨੂੰ ਨਹੀਂ ਜੀ। ਇਸ ਕਰਕੇ ਅਸੀਂ ਤਾਂ ਸਮਝਦੇ ਸੀ, ਕਿਉਂਕਿ ਇਹ ਜਿਹੜੇ ਨੇ ਉਹ ਨੀਤੀਆਂ ਉਹੀ ਜਿਹੜੀਆਂ ਨੀਤੀਆਂ ਨੇ, ਜਿੰਨਾ ਚਿਰ ਨੀਤੀਆਂ ਨਹੀਂ ਬਦਲਦੀਆਂ, ਪੋਲਿਸੀ ਨਹੀਂ ਬਦਲਦੀ, ਉਨਾ ਚਿਰ ਇੱਥੋਂ ਦੇ ਲੋਕਾਂ ਦਾ ਕੁਛ ਨਹੀਂ ਬਣ ਸਕਦਾ ਜੀ। ਜਿਹੜਾ ਇਹ ਵਿਕਾਸ ਕਹਿੰਦੇ ਨੇ, ਵਿਕਾਸ ਤਾਂ ਉਹ ਹੁੰਦਾ ਜੀ ਕਿਸੇ ਗਰੀਬ ਦਾ ਵਿਕਾਸ ਹੁੰਦਾ, ਇਹ ਤਾਂ ਕਾਰਪੋਰੇਟਾਂ ਦੇ ਵਿਕਾਸ ਨੂੰ ਵਿਕਾਸ ਗਿਣਦੇ ਨੇ ਜੀ। ਜਿਹੜੀ ਆਰਥਿਕ ਵਿਵਸਥਾ ਕਹਿੰਦੇ ਨੇ, ਵੀ ਆਰਥਿਕ ਵਿਵਸਥਾ ਬਹੁਤ ਚੌਥੇ ਨੰਬਰ 'ਤੇ ਬਣ ਗਈ, 5ਵੇਂ 'ਤੇ ਬਣ ਗਈ, ਅਸੀਂ 3ਜੇ 'ਤੇ ਆਉਣ ਵਾਲੇ ਹਾਂ, ਇਹਦੇ ਵਿਕਾਸ ਦੀ ਗੱਲ ਕਰਦੇ ਨੇ। ਵਿਕਾਸ ਇਹ ਵੱਡੇ ਵੱਡੇ ਕਾਰਪੋਰੇਟਾਂ ਦਾ, ਸਨਅਤਕਾਰਾਂ ਦਾ, ਵਪਾਰੀਆਂ ਦਾ, ਵੱਡੇ ਉਹਨਾਂ ਦਾ ਵਿਕਾਸ ਨੂੰ ਵਿਕਾਸ ਗਿਣਦੇ ਨੇ, ਗਰੀਬਾਂ ਦੇ ਵਿਕਾਸ ਨੂੰ ਤਾਂ ਇਹ ਗਿਣਦੇ ਨਹੀਂ।
ਕਿਸੇ ਦੇ ਚੁੱਲ੍ਹੇ 'ਤੇ ਰੋਟੀ ਪੱਕਦੀ ਹੈ ਕਿ ਨਹੀਂ ਪੱਕਦੀ, ਇਸ ਗੱਲ ਦਾ ਸਵਾਲ ਤਾਂ ਇੱਥੇ ਹੈ ਨਹੀਂ। ਇੱਥੇ ਸਵਾਲ ਤਾਂ ਇਹ ਵੀ ਸੰਨਤਾਂ ਦੇ ਵਿੱਚ ਮਾਲ ਦਾ ਉਤਪਾਦਨ ਕਿੰਨਾ ਵੱਧ ਗਿਆ, ਇੱਥੇ ਪੈਦਾਵਾਰ ਕਿੰਨੀ ਵੱਧ ਗਈ, ਇੱਥੇ ਉਤਪਾਦਨ ਕਿੰਨਾ ਵੱਧ ਗਿਆ, ਸੰਨਤਾਂ ਕਿੰਨਾ ਮਾਲ ਬਣਾਉਣ ਲੱਗ ਗਈਆਂ। ਸਨਅਤਕਾਰਾਂ ਦਾ ਜੇ ਡਿਵੈਲਪਮੈਂਟ ਹੈ, ਉਸੇ ਨੂੰ ਇਹ ਡਿਵੈਲਪਮੈਂਟ ਮੰਨਦੇ। ਇਸ ਕਰਕੇ ਇਹ ਨੀਤੀ ਹੈ ਜਿਹੜੀ, ਇਹ ਲੋਕਾਂ ਦਾ ਫਾਇਦਾ ਨਹੀਂ ਕਰ ਸਕਦੀ। ਜਿਹੜੀ ਸਰਕਾਰ ਦੀਆਂ ਨੀਤੀਆਂ ਕਾਰਪੋਰੇਟ ਪੱਖੀ ਹੈ, ਉਹ ਲੋਕਾਂ ਦੀ ਸਰਕਾਰ ਕਦੇ ਹੋ ਹੀ ਨਹੀਂ ਸਕਦੀ। ਪ੍ਰਧਾਨ ਜੀ, ਜਦੋਂ ਅਸੀਂ ਰਾਜਨੀਤੀ ਦੀ ਗੱਲ ਕਰਦੇ ਹਾਂ, ਖਾਸ ਤੌਰ 'ਤੇ ਪੰਜਾਬ 'ਚ, ਇਹ ਪੰਜਾਬ ਦੇ ਜਦੋਂ ਤੁਸੀਂ ਪਿੰਡਾਂ ਨੂੰ ਵੇਖੋਗੇ, ਹਰ ਛੋਟੇ ਤੋਂ ਲੈ ਕੇ ਵੱਡਾ ਕੰਮ ਆ ਜਿਹੜਾ, ਉਹ ਕਿਤੇ ਨਾ ਕਿਤੇ MLA ਦੇ ਨਾਲ ਜੁੜਿਆ ਹੋਇਆ, ਪਾਰਲੀਮੈਂਟ ਦੇ ਮੈਂਬਰ ਦੇ ਨਾਲ ਜੁੜਿਆ ਹੋਇਆ, ਯਾਨੀ ਕਿ ਜਿਹੜੇ ਵੀ ਰਾਜਨੀਤਿਕ ਲੋਕ ਹੁੰਦੇ ਨੇ ਉਹਨਾਂ ਦੇ ਨਾਲ ਜੁੜਦਾ। ਤੁਹਾਡੀ ਜਿਹੜੀ ਜਥੇਬੰਦੀ ਆ, ਉਹ ਸਿੱਧੇ ਤੌਰ 'ਤੇ ਕਹਿੰਦੀ ਹੈ ਕਿ ਅਸੀਂ ਕਿਸੇ ਦਾ ਸਮਰਥਨ ਨਹੀਂ ਕਰਦੇ ਅਤੇ ਨਾ ਹੀ ਸਾਨੂੰ ਇਹਨਾਂ ਤੋਂ ਉਮੀਦ ਹੈ। ਪਰ ਜਦੋਂ ਚੋਣਾਂ ਆਉਂਦੀਆਂ, ਚੋਣਾਂ ਦੇ ਦੌਰਾਨ ਜਿਹੜਾ ਤੁਹਾਡਾ ਕੋਈ ਪ੍ਰੋਗਰਾਮ ਨਹੀਂ ਹੁੰਦਾ ਉਸ ਤਰ੍ਹਾਂ ਦਾ ਕਿ ਅਸੀਂ ਲੋਕਾਂ ਨੂੰ ਇਹ ਪ੍ਰੋਗਰਾਮ ਦਿੱਤਾ ਹੈ, ਤਾਂ ਲੋਕ ਜਿਹੜੇ ਹੁੰਦੇ ਨੇ ਫਿਰ ਉਸ ਤਰ੍ਹਾਂ ਹੀ, ਜਦੋਂ ਤੁਹਾਡੇ ਨਾਲ ਕੰਮ ਕਰਦੇ ਨੇ ਜਾਂ ਜਿਹੜੇ ਤੁਹਾਡੇ ਲੋਕ ਹੁੰਦੇ ਨੇ, ਉਹ ਫਿਰ ਕੰਮ ਤਾਂ ਕਰਦੇ ਨੇ, ਲੇਕਿਨ ਜਦੋਂ ਉਹਨਾਂ ਨੂੰ ਛੋਟਾ ਜਿਹਾ ਵੀ ਕੰਮ ਪੈਂਦਾ ਨਾ, ਉਹ ਫਿਰ ਰਾਜਨੀਤਿਕ ਲੋਕਾਂ ਦੇ ਨਾਲ ਜਾ ਜੁੜਦੇ ਨੇ ਜਿਹੜੇ ਵੀ ਆਮ ਲੋਕ ਹੁੰਦੇ ਨੇ। ਕਦੇ ਇਹ ਸੋਚਿਆ ਵੀ ਇਹਨਾਂ ਲੋਕਾਂ ਨੂੰ ਇਸ ਲਾਮਤ 'ਚੋਂ ਕੱਢਣ ਦੇ ਲਈ, ਇਹਨਾਂ ਨੂੰ ਮਹਿਸੂਸ ਨਾ ਹੋਵੇ ਕਿ ਅਸੀਂ ਰਾਜਨੀਤਿਕ ਲੋਕਾਂ ਦੇ ਬਿਨਾਂ ਵਿਕਾਸ ਹੀ ਨਹੀਂ ਕਰ ਸਕਦੇ ਜਾਂ ਸਾਡੇ ਕੰਮ ਹੀ ਨਹੀਂ ਹੋ ਸਕਦੇ, ਮਹਿਸੂਸ ਹੋਵੇ ਕਿ ਸਾਡੀ ਜਥੇਬੰਦੀ ਹੈ ਤਾਂ ਸਾਰੇ ਕੰਮ ਹੋਣਗੇ। ਵੈਸੇ ਵੀ ਤੁਹਾਨੂੰ ਤਾਂ ਦੂਜੀ ਸਰਕਾਰ ਮੰਨਿਆ ਜਾਂਦਾ। ਦੇਖੋ, ਅਸੀਂ ਇਸ ਕੰਮ 'ਤੇ ਲੱਗੇ ਹੋਏ ਹਾਂ, ਲੋਕਾਂ ਦਾ ਵਿਸ਼ਵਾਸ ਰਾਜਨੀਤਿਕ ਪਾਰਟੀਆਂ ਤੋਂ ਉੱਠੇ, ਉਹਨਾਂ ਦੀ ਤਾਕਤ ਵਰਤ ਕੇ ਹੀ ਤੁਹਾਡਾ ਉਹੀ ਤੁਹਾਡਾ ਫਾਇਦਾ ਕਰ ਸਕਦੇ ਹੋਣ ਇਹ ਦਲਦਲ 'ਚੋਂ ਕੱਢਣ ਦੀ ਖਾਤਰ। ਤੁਸੀਂ ਮੈਨੂੰ ਇਹ ਸਵਾਲ ਹੈ, ਮੇਰਾ ਤੁਹਾਡੇ 'ਤੇ ਉਲਟਾ ਸਵਾਲ ਹੈ ਜੀ, ਵੀ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਕਿਸੇ ਦੀ ਕੁਰਕੀ ਰੋਕੀ ਹੈ? ਕਿਸੇ ਰਾਜਨੀਤਿਕ ਨੇਤਾ ਨੇ, ਚੁਣੇ ਹੋਏ ਨੁਮਾਇੰਦੇ ਨੇ ਖੁਦਕੁਸ਼ੀਆਂ ਦਾ ਮਾਮਲਾ ਕਿਸੇ ਨੂੰ ਦਵਾਇਆ? ਕਿਸੇ ਵੀ ਰਾਜਨੀਤਿਕ ਨੇਤਾ ਨੇ ਜੇਲ੍ਹਾਂ 'ਚ ਬੰਦ ਕੀਤੇ ਹੋਏ ਕਦੇ ਕਿਸਾਨਾਂ ਨੂੰ ਕਦੇ ਛਡਾਇਆ? ਕਿਸੇ ਨੂੰ ਵੀ ਇੱਕ ਨੂੰ ਦਿਖਾ ਦਿਓ ਤੁਸੀਂ। ਯਾਨੀ ਇਹ ਜਿਹੜੇ ਕੰਮ ਨੇ, ਇਹ ਜਨਤਕ ਤਾਕਤ ਨੂੰ, ਜਨਤਕ ਤਾਕਤ ਦੇ ਜਿਹੜੇ ਸਾਡੇ, ਜੇ ਤੁਸੀਂ ਕਹਿੰਦੇ ਹੋ ਵੀ ਸਾਡੇ ਤੁਹਾਡੇ ਬੰਦੇ ਉਹਨਾਂ ਕੋਲ ਜਾ ਵੜਦੇ, ਅਸੀਂ ਇਹ ਜਾਲ 'ਚੋਂ ਲੋਕਾਂ ਨੂੰ ਕੱਢਿਆ ਜੀ, ਕਿ ਸਾਡੇ ਜਿਹੜੇ ਚੁਣੇ, ਸਾਡੇ ਜਿਹੜਾ ਪੱਕਾ ਕੇਡਰ ਹੈ, ਉਹ ਕਦੇ ਨਾ ਉਹਨਾਂ ਨੂੰ ਸਰਪੰਚ ਦੇ ਕੋਲ ਜਾਣ ਦੀ ਲੋੜ, ਸਰਪੰਚ ਤਾਂ ਸਾਡਾ ਸਮਾਜਿਕ ਭਾਈਚਾਰਾ, ਇਸ ਕਰਕੇ ਸਾਨੂੰ ਸਰਪੰਚਾਂ ਪੰਚਾਂ ਤੱਕ ਤਾਂ ਆਮ ਸਾਡੇ ਵਰਤਾਓ ਰਹਿੰਦੇ ਨੇ, ਅਸੀਂ MLA ਮੰਤਰੀਆਂ ਤੱਕ ਕਦੇ ਵੀ ਨਹੀਂ ਜਾਂਦੇ, ਸਾਨੂੰ ਲੋੜ ਹੀ ਨਹੀਂ ਪੈਂਦੀ ਉਹਨਾਂ ਦੀ। ਸਾਡੀ ਆਪਦੀ ਤਾਕਤ, ਕਦੇ ਬਿਜਲੀ ਨਹੀਂ ਆਉਂਦੀ, ਬਿਜਲੀ ਦੀ ਸਪਲਾਈ ਅਸੀਂ MLA ਕੋਲ ਥੋੜ੍ਹੇ ਜਾਵਾਂਗੇ, ਅਸੀਂ ਸਿੱਧਾ ਗ੍ਰਿੱਡ ਜਾ ਕੇ ਧਰਨਾ ਮਾਰਾਂਗੇ। ਕਿਸੇ ਹਸਪਤਾਲ ਦੇ ਵਿੱਚ ਸੀ ਪ੍ਰਬੰਧ ਨਹੀਂ ਹੋ ਰਿਹਾ ਦਵਾਈਆਂ ਨੇ, ਅਸੀਂ ਜਾ ਕੇ ਸਿੱਧਾ ਧਰਨਾ ਮਾਰ ਕੇ ਅਧਿਕਾਰੀਆਂ ਨੂੰ ਕਹਾਂਗੇ ਵੀ ਦੱਸੋ ਕਿਉਂ ਨਹੀਂ ਹੈ, ਅਸੀਂ DC ਨੂੰ ਜਾ ਕੇ ਪੁੱਛਾਂਗੇ ਕਿਉਂ ਨਹੀਂ ਹੈ, SDM ਨੂੰ ਜਾ ਕੇ ਪੁੱਛਾਂਗੇ ਕਿਉਂ ਨਹੀਂ ਹੈ। ਯਾਨੀ ਜਿਹੜੇ ਪ੍ਰਬੰਧ ਦੇ ਵਿੱਚ ਅਸੀਂ ਰਹਿ ਰਹੇ ਹਾਂ, ਸਾਡੀ ਤਾਕਤ ਇਕੱਠੀ ਹੋ ਕੇ ਜਦੋਂ ਉਹਦੇ ਖਿਲਾਫ਼ ਐਕਟਿਵ ਹੁੰਦੀ ਹੈ, ਐਕਟੀਵਿਟੀ ਕਰਦੀ ਹੈ, ਕੋਈ ਐਕਸ਼ਨ ਕਰਦੀ ਹੈ, ਸਾਡੇ ਸਮੱਸਿਆਵਾਂ ਹੱਲ ਹੁੰਦੀਆਂ ਨੇ। ਲੋਕਾਂ ਦੇ ਵਿੱਚ ਇਸ ਗੱਲ ਦਾ ਵਿਸ਼ਵਾਸ ਬਣਿਆ ਹੋਇਆ ਕਿ ਜਿਹੜੀਆਂ ਗੱਲਾਂ ਕਿਸੇ ਚੁਣੀ ਹੋਈ ਸਰਕਾਰ ਤੋਂ ਨਹੀਂ ਬਣਦੀਆਂ, ਜਿਹੜੀਆਂ ਅੱਜ ਤੱਕ ਤੁਸੀਂ ਨੇ ਕਦੇ ਸੁਣੀਆਂ ਜੀ। ਦੇਖੋ, ਤੁਸੀਂ ਹੁਣ ਸਾਡੇ ਇੱਧਰ ਖੇਤਰ ਦੇ ਵਿੱਚ ਆਮ ਕੰਮ ਕਰਦੇ ਹੋ, ਜਦੋਂ ਅਸੀਂ ਮਨਜੀਤ ਧਨੇਰ ਦਾ ਧਰਨਾ ਲਾਇਆ, ਸਾਨੂੰ ਲੋਕ ਪਿੰਡਾਂ ਦੇ ਵਿੱਚ ਕਹਿੰਦੇ ਹੁੰਦੇ ਸੀ ਵੀ ਇਹ ਤਾਂ ਭਾਈ ਸੁਪਰੀਮ ਕੋਰਟ ਦਾ ਫੈਸਲਾ ਹੈ, ਇਹਨੂੰ ਕਿਹੜਾ ਛੱਡ ਦੂ, ਤੁਸੀਂ ਕਿਉਂ ਪੁੱਠੇ ਹੋਏ ਤੁਰੇ ਫਿਰਦੇ ਹੋ। ਮੈਂ ਬਠਿੰਡੇ ਜੇਲ੍ਹ ਦੇ ਵਿੱਚ 2000 ਦੇ ਵਿੱਚ ਬੰਦ ਸੀ ਜੀ, ਜਦੋਂ ਮੌੜ ਚੜ੍ਹਤ ਸਿੰਘ ਵਾਲਾ ਤੁਹਾਡੇ ਇਲਾਕੇ ਦੇ ਵਿੱਚ ਪਿੰਡ ਹੈ, ਉਸ ਮਸਲੇ ਦੇ ਵਿੱਚ ਮੈਂ ਅੰਦਰ ਬੰਦ ਸੀ, ਅਮਰ ਸਿੰਘ ਦਾ ਉੱਥੇ ਭੋਗ ਸੀ, ਉੱਥੇ ਬੰਦੇ ਕਹਿੰਦੇ ਵੀ ਜਿੰਨਾ ਚਿਰ ਪ੍ਰਧਾਨ ਨੂੰ ਨਹੀਂ ਛੱਡਦੇ ਅਸੀਂ ਭੋਗ ਤੋਂ ਜਾਂਦੇ ਨਹੀਂ ਜੀ। ਜਿਹੜੇ ਬੰਦੇ ਸਾਡੇ ਦਰਸ਼ਕ ਗਏ ਸੀ ਵੀ ਯਾਰ, ਉਹ ਤਾਂ 307 ਦਾ ਪਰਚਾ ਪਾਇਆ ਹੋਇਆ ਬਠਿੰਡੇ ਜੇਲ੍ਹ 'ਚ, ਬੰਦਾ ਉਹਨੂੰ ਕਿਵੇਂ ਛੱਡ ਦੇਣਗੇ? ਯਾਨੀ ਲੋਕਾਂ ਨੇ ਹੱਥ 'ਤੇ ਧਰਕੇ ਦਿਖਾਇਆ ਵੀ ਉਹ ਆ ਗਿਆ, ਮੈਨੂੰ 4 ਵਜੇ ਨੂੰ ਉਹਨਾਂ ਨੇ ਜਾ ਕੇ ਸਟੇਜ 'ਤੇ ਲਿਆਂਦਾ ਜੀ। ਯਾਨੀ ਜਿਹੜੇ ਕੰਮ ਮਨਜੀਤ ਧਨੇਰ ਬਾਰੇ ਕਹਿੰਦੇ ਸੀ ਵੀ ਇਹਨੇ ਸੁਪਰੀਮ ਕੋਰਟ ਦੀ ਸਜ਼ਾ ਕੀਤੀ ਹੋਈ ਹੈ, ਇਹਨੂੰ ਛੱਡ ਹੀ ਨਹੀਂ ਸਕਦੇ, ਉਹ ਛਡਾ ਕੇ ਲਿਆਂਦਾ ਲੋਕਾਂ ਦੇ ਸਾਹਮਣੇ। ਯਾਨੀ ਲੋਕਾਂ ਦੀ ਤਾਕਤ ਦਾ ਲੋਕਾਂ ਨੂੰ ਅਹਿਸਾਸ ਕਰਾਉਣਾ ਵੀ ਤੁਸੀਂ ਬਹੁਤ ਵੱਡੀ ਤਾਕਤ ਹੋ, ਤੁਸੀਂ ਇਕੱਠੇ ਹੋ ਕੇ ਜਦੋਂ ਆਪਦੀ ਖਾਤਰ ਲੜਦੇ ਹੋ, ਫਿਰ ਤੁਸੀਂ ਤੁਹਾਡੀਆਂ ਪ੍ਰਾਪਤੀਆਂ ਦੇਖੋ, ਉਹਦੀ ਆਊਟਪੁੱਟ ਦੇਖੋ।
ਜਿਹੜੀਆਂ ਗੱਲਾਂ ਤੁਸੀਂ ਐਂ ਕਹਿੰਦੇ ਹੁੰਦੇ ਵੀ ਮਰਿਆਂ ਦੇ ਕਦੇ ਪੈਸੇ ਮਿਲਦੇ ਆ, ਆਹ ਤੁਹਾਡੇ ਸਾਹਮਣੇ ਮੋਇਆਂ ਦੇ ਪੈਸੇ ਮਿਲਣ ਲੱਗ ਗਏ। ਜਿਹੜੀ ਗੱਲ ਤੁਸੀਂ ਕਹਿੰਦੇ ਵੀ ਕਿਸਾਨਾਂ ਦਾ ਕਰਜ਼ਾ ਕਦੇ ਖਤਮ ਹੋ ਸਕਦਾ, ਵੀ ਸਰਕਾਰ ਦੇ ਪੈਸੇ ਕਦੇ ਮਾਫ਼ ਹੁੰਦੇ ਨੇ, ਸਰਕਾਰਾਂ ਨੂੰ ਕਹਿਣਾ ਪੈ ਗਿਆ, ਸਰਕਾਰਾਂ ਨੇ ਥੋੜ੍ਹੇ ਬਹੁਤੇ ਕੀਤੇ ਵੀ ਨੇ, ਉਹ ਰਾਹ ਵੀ ਪਈ ਆ ਸਰਕਾਰ। ਯਾਨੀ ਇਹੜੀਆਂ ਗੱਲਾਂ ਅਸੀਂ ਜਿਹੜੀ ਜਨਤਾ ਨੂੰ, ਜਨਤਾ ਦੀ ਟੇਕ, ਵੋਟਾਂ ਨਾਲ ਚੁਣੀ ਹੋਈ ਸਰਕਾਰ ਹੀ ਸਾਡੀਆਂ ਸਮੱਸਿਆਵਾਂ ਹੱਲ ਕਰੂਗੀ, ਉਧਰੋਂ ਹਟਾ ਕੇ ਅਸੀਂ ਕਹਿੰਦੇ ਵੀ ਤੁਸੀਂ ਆਪਦੀ ਤਾਕਤ ਆਪਦੀ ਖਾਤਰ ਵਰਤੋ। ਐਵੇਂ ਤਾਂ ਨਹੀਂ ਬਾਬੇ ਨੇ ਉਪਦੇਸ਼ ਦਿੱਤਾ ਵੀ ਆਪਣੇ ਹੱਥੀਂ ਆਪਣਾ ਆਪੇ ਹੀ ਕਾਲ ਸਵਾਰੀ ਹੈ। ਜੇ ਤੁਸੀਂ ਬਾਬੇ ਗੁਰੂ ਨਾਨਕ ਦੀ ਬਾਣੀ ਨੂੰ ਮੰਨਦੇ ਹੋ, ਉਹਦੇ ਸਲੋਕਾਂ ਨੂੰ ਮੰਨਦੇ ਹੋ, ਉਹਦੇ ਉਪਦੇਸ਼ਾਂ ਨੂੰ ਮੰਨਦੇ ਹੋ, ਫਿਰ ਤਾਂ ਤੁਸੀਂ ਆਪਦੀ ਤਾਕਤ ਆਪਣੀ ਖਾਤਰ ਕਿਉਂ ਨਹੀਂ ਲਾਉਂਦੇ? ਅਸੀਂ ਉਹ ਰਾਹ ਲੋਕਾਂ ਨੂੰ ਪਾਉਣੇ ਜੀ। ਜਦੋਂ ਪੰਜਾਬ ਦੀ ਕਿਸਾਨੀ ਦੀ ਪ੍ਰਧਾਨ ਜੀ ਗੱਲ ਕਰਦੇ ਹਾਂ, ਅੱਜ ਪਿੰਡਾਂ 'ਚ ਕਿਸਾਨੀ ਤੋਂ ਇੰਨਾ ਕੁ ਮੋਹ ਭੰਗ ਹੋਇਆ ਲੋਕਾਂ ਦਾ, ਹਰ ਬੰਦਾ ਜਿਹਨੂੰ ਸਾਡੇ ਬਾਬੇ ਨੇ ਕਿਹਾ ਕਿ ਇਹ ਤਾਂ ਬੜੀ ਉੱਤਮ ਆ, ਉਹਨਾਂ ਨੇ ਵਪਾਰ ਨੂੰ ਬੜਾ ਨਿਖਿੱਧ ਦੱਸਿਆ, ਪਰ ਅੱਜ ਉਹੀ ਕਿਸਾਨੀ ਜਿਹੜੀ ਆ ਉਹ ਇਹ ਬਣਦੀ ਜਾ ਰਹੀ ਘਾਟੇ ਦਾ ਸੌਦਾ। ਸਰਕਾਰਾਂ ਨੇ ਵੀ ਉਸ ਤਰ੍ਹਾਂ ਦਾ ਕੁਛ ਨਹੀਂ ਕੀਤਾ ਕਿ ਕਿਸਾਨ ਦੀ ਭਲਾਈ ਹੋ ਸਕੇ। ਕਿਸਾਨ ਨਿਕਲੇ ਤਾਂ ਨਿਕਲੇ ਕਿਵੇਂ ਇਸ ਜੰਜਾਲ ਦੇ ਵਿੱਚੋਂ? ਇਹਨੂੰ ਬਸ ਇੱਥੋਂ ਇਹ ਦੇਖਣ ਦੀ ਲੋੜ ਹੈ ਵੀ ਇਹ ਬਣੇ ਨਹੀਂ ਜੀ, ਬਣਾਈ ਹੈ ਜੀ, ਇਹ ਬਣੇ ਨਹੀਂ, ਇਹ ਬਣਾਈ ਹੈ। ਇਹ ਅਸਲ 'ਚ ਕਾਰਪੋਰੇਟ ਦਾ ਇੱਕ ਮਨੋਰਥ ਹੈ ਕਿ ਹਰ ਕਾਰੋਬਾਰ ਦੇ ਵਿੱਚ ਉਹ ਮੁਨਾਫਾ ਚਾਹੁੰਦਾ, ਉਹਨੇ ਉਹ ਕਾਰੋਬਾਰ ਨੂੰ ਹੱਥ ਪਾਉਣਾ ਹੈ ਜਿਹੜੇ ਕਾਰੋਬਾਰ 'ਤੇ ਲੋਕਾਂ ਦਾ ਵੱਡਾ ਹਿੱਸਾ ਨਿਰਭਰ ਹੈ। ਜਦੋਂ ਇਹ ਇਹਨੂੰ ਇਹ ਗੱਲ ਦਾ ਪਤਾ ਲੱਗ ਜੇ ਵੀ ਆਹ ਜਿਹੜੀ ਚੀਜ਼ ਹੈ ਇਹਨੂੰ ਜ਼ਿਆਦਾ ਲੋਕ ਪਸੰਦ ਕਰਨ ਲੱਗ ਗਏ, ਫਿਰ ਉਹ ਤਾਂ ਇਹ ਕਬਜ਼ਾ ਕਰਦਾ। ਤੁਸੀਂ ਤਾਂ ਬਹੁਤ ਛੋਟੇ ਹੋ, ਜਦੋਂ ਅਸੀਂ ਪੜ੍ਹਦੇ ਹੁੰਦੇ ਸੀਗੇ, ਮੈਂ 1952-53 ਦੇ ਵਿੱਚ ਪੜ੍ਹਦਾ ਹੁੰਦਾ ਸੀ ਮੈਂ, ਯਾਨੀ ਉਦੋਂ ਪੜ੍ਹਾਈ ਵਾਲੇ ਪਾਸੇ ਕਿਸੇ ਦਾ ਖਿਆਲ ਹੀ ਨਹੀਂ ਸੀ। ਪਿੰਡਾਂ ਦੇ ਬੱਚੇ ਆਮ ਪੜ੍ਹਦੇ ਨਹੀਂ ਸੀ, ਸਕੂਲਾਂ ਜਾਂਦੇ ਨਹੀਂ, ਸਕੂਲ ਬਹੁਤ ਘੱਟ ਸੀ, ਪੜ੍ਹਾਈ ਵਾਲੇ ਪਾਸੇ ਖਿਆਲ ਨਹੀਂ ਸੀ, ਆਮ ਕੰਮ ਕਰਦੇ ਹੁੰਦੇ ਸੀ। ਉਦੋਂ ਪੜ੍ਹਾਈ ਦੇ ਪਾਸੇ ਸਰਕਾਰ ਦਾ ਜੋਲਾ ਹੈ, ਪੜ੍ਹਾਓ ਭਾਈ ਬੱਚਿਆਂ ਨੂੰ ਪੜ੍ਹਾਓ, ਪੜ੍ਹੇ ਤੋਂ ਬਿਨਾਂ ਨੌਲੇਜ ਨਹੀਂ ਪੈਦਾ ਹੁੰਦਾ। ਜਦੋਂ ਲੋਕਾਂ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਵੀ ਪੜ੍ਹਾਈ ਤੋਂ ਬਗੈਰ ਜ਼ਿੰਦਗੀ ਨਹੀਂ ਬਣਦੀ, ਹਰੇਕ ਗਰੀਬ ਅਮੀਰ ਆਪਦੇ ਬੱਚਿਆਂ ਨੂੰ ਪੜ੍ਹਾਉਣ ਲੱਗ ਗਿਆ, ਫਿਰ ਇਹਨਾਂ ਨੇ ਪੜ੍ਹਾਈ ਦਾ ਉਹਦੀ ਨਿੱਜੀਕਰਨ ਕਰਤਾ, ਪੜ੍ਹਾਈ ਨੂੰ ਦੁਕਾਨ ਬਣਾਤਾ, ਵੇਚਣ ਲੱਗ ਗਏ, ਪੜ੍ਹਾਈ ਤੋਂ ਮੁਨਾਫਾ ਕਰਨ ਲੱਗ ਗਏ। ਉਹਦੀ ਪ੍ਰਾਈਵੇਟ ਸਕੂਲਾਂ ਨੂੰ ਛੋਟ ਦਿੱਤੀ, ਕਿੰਨੇ ਕਾਲਜ ਖੁੱਲ੍ਹ ਗਏ, ਕਿੰਨੇ ਯੂਨੀਵਰਸਿਟੀਆਂ ਖੁੱਲ੍ਹ ਗਈਆਂ, ਕਿੰਨੇ ਸਕੂਲ ਖੁੱਲ੍ਹ ਗਏ। ਕਦੇ ਨਹੀਂ ਤੁਸੀਂ ਸਟੇਡੀਅਮ 'ਤੇ ਇੱਕ ਮੰਗ ਪੱਤਰ ਸੁਣਿਆ ਹੋਣਾ ਵੀ ਸਾਡੇ ਜੀ ਹਾਈ ਸਕੂਲ ਬਣਾ ਦਿਓ ਅਤੇ ਪਲੱਸ ਟੂ ਕੁੜੀਆਂ ਦਾ ਸਕੂਲ ਬਣਾ ਦਿਓ, ਕਦੇ ਨਹੀਂ ਸੁਣਿਆ ਹੋਣਾ, ਉਹ ਗੱਲਾਂ ਹੀ ਮਿਟ ਗਈਆਂ। ਯਾਨੀ ਵਿੱਦਿਆ ਦਾ ਨਿੱਜੀਕਰਨ ਕੀਤਾ, ਵਿੱਦਿਆ 'ਚ ਵਿੱਦਿਆ 'ਚ ਉਹਨਾਂ ਨੇ ਪੈਸੇ ਕਿੰਨੇ ਪੈਸੇ ਕਮਾਏ ਨੇ, ਵੈਨਾਂ ਦਾ ਕਿਰਾਇਆ ਕਿੰਨਾ, ਡੋਨੇਸ਼ਨ ਫੀਸਾਂ ਕਿੰਨੀਆਂ ਨੇ, ਯਾਨੀ ਵਿੱਦਿਆ ਇੰਨੀ ਮਹਿੰਗੀ ਕਰਤੀ, ਉਹਦੇ 'ਚੋਂ ਇੰਨਾ ਪੈਸਾ ਕਮਾਇਆ ਇਹਨਾਂ ਨੇ। ਇਸੇ ਤਰ੍ਹਾਂ ਸਾਰੇ ਖੇਤਰਾਂ 'ਚ, ਬਿਜਲੀ ਵਾਲਾ ਖੇਤਰ 'ਚ, ਸਿਹਤ ਵਾਲੇ ਖੇਤਰ ਦੇ ਵਿੱਚ, ਰੇਲਵੇ ਵਾਲੇ ਖੇਤਰ ਦੇ, ਬੱਸ ਸਾਡੇ ਵੱਡੇ ਹਵਾਈ ਏਅਰਪੋਰਟ, ਬੰਦਰਗਾਹਾਂ, ਕੋਲੇ ਦੀਆਂ ਖਾਣਾਂ, LIC, ਬੈਂਕਾਂ, ਯਾਨੀ ਸਾਰੇ ਅਦਾਰਿਆਂ ਨੂੰ ਨਿੱਜੀ ਹੱਥਾਂ ਦੇ ਵਿੱਚ ਕੰਪਨੀਆਂ ਨੇ ਆਪਦੇ ਹੱਥਾਂ 'ਚ ਲੈ ਲਿਆ। ਈਵਨ PWD ਵਗੈਰਾ, ਸੜਕਾਂ ਵਗੈਰਾ, ਟੋਲ ਪਲਾਜ਼ਾ 'ਤੇ ਇਹਨਾਂ ਦੇ ਕਬਜ਼ੇ ਹੋ ਕੇ ਪੈਸੇ ਕਮਾਉਣ ਦਾ ਜਿਹੜਾ ਵਾਲੀ ਧੁੱਸ ਬਣ ਗਈ, ਉਹ ਕਾਰਪੋਰੇਟਾਂ ਨੇ ਜਿਹੜੇ ਸਰਕਾਰੀ ਅਦਾਰੇ 'ਤੇ ਸਾਰੇ ਆਪਦੇ ਹੱਥਾਂ 'ਚ ਲਏ, ਅਤੇ ਹੁਣ ਉਹਨਾਂ ਦਾ ਆਹ ਖਾਣ ਵਾਲੇ ਜਿਹੜੀਆਂ ਖੇਤੀ ਤੁਸੀਂ ਕਹਿੰਦੇ ਹੋ ਵੀ ਪਹਿਲਾਂ ਉੱਤਮ ਹੁੰਦੀ ਸੀ, ਉੱਤਮ ਹੁਣ ਵੀ ਹੈ ਜੀ, ਉਹ ਗੱਲਬਾਤ ਚੱਕ ਦਿਓ, ਕਾਰਪੋਰੇਟਾਂ ਦਾ ਗੱਲਬਾਤ ਚੱਕ ਦਿਓ, ਉੱਤਮ ਹੋਊਗੀ। ਆਹ ਜਿਹੜਾ ਤੁਹਾਡੇ ਸਾਹਮਣੇ ਕਮਾਦ ਦਾ ਬੂਟਾ ਖੜ੍ਹਾ ਤੁਹਾਡੇ ਸਾਹਮਣੇ, ਇਹ ਇਹਦੇ 'ਚ ਕੋਈ ਖਾਦ ਨਹੀਂ ਪਾਈ ਹੋਈ, ਬਿਲਕੁਲ ਹੀ ਜੀ, ਕਦੇ ਖਾਦ ਇਹਨੂੰ ਦਿਖਾਈ ਵੀ ਨਹੀਂ ਵੀ ਖਾਦ ਹੁੰਦੀ ਕੀ ਹੈ। ਆਹ ਦੇਖੋ ਲੋ ਕਿੱਡਾ ਕਿੱਡਾ ਗੰਨਾ, ਦਸ ਦਸ ਫੁੱਟ ਦੇ ਗੰਨੇ ਆ, ਅਤੇ ਆਹ ਜਿਹੜੀ ਗੋਭੀ ਹੈ ਇਹਦੇ 'ਚ ਕਦੇ ਖਾਦ ਨਹੀਂ ਪਾਈ, ਰੂੜੀ ਦੀ ਖਾਦ ਪਾਈ ਹੈ। ਯਾਨੀ ਇਹ ਚੀਜ਼ਾਂ ਸਾਡੀਆਂ ਜਿਹੜੀਆਂ ਹੁੰਦੀਆਂ ਸੀਗੀਆਂ ਪਹਿਲਾਂ, ਸਾਡੀਆਂ ਕੁਦਰਤੀ ਕੁਦਰਤੀ ਮੌਸਮ ਦੇ ਨਾਲ, ਕੁਦਰਤੀ ਚੀਜ਼ਾਂ ਨਾਲ ਹੁੰਦੀਆਂ ਸੀ, ਗੋਡੀ ਵਾਢੀ ਨਾਲ ਹੁੰਦੀਆਂ ਸੀ, ਪਾਣੀ ਵੀ ਸ਼ੁੱਧ ਸੀ, ਹਵਾ ਵੀ ਸ਼ੁੱਧ ਸੀ, ਖਾਦਾਂ ਤੋਂ ਛੁਟਕਾਰਾ ਪਿਆ ਹੋਇਆ ਸੀ, ਸਪਰੇਹਾਂ ਤੋਂ ਛੁਟਕਾਰਾ ਪਿਆ ਸੀ,
ਉਦੋਂ ਉੱਤਮ ਇਸ ਕਰਕੇ ਸੀ ਵੀ ਜਿੰਨੀ ਅਸੀਂ ਮਿਹਨਤ ਕਰ ਦਿੰਦੇ, ਜਿੰਨੀ ਅਸੀਂ ਗੋਡੀ ਕਰਦੇ, ਜਿੰਨੀ ਅਸੀਂ ਵਾਹੀ ਕਰਦੇ, ਸਾਨੂੰ ਓਨੀ ਉਹਦੇ 'ਚੋਂ ਆਮਦਨ ਮਿਲ ਜਾਂਦੀ। ਕਿਸੇ 'ਤੇ ਨਿਰਭਰ ਨਹੀਂ ਸੀ, ਇਹ ਆਜ਼ਾਦ ਸੀ, ਇਸੇ ਦੀ ਗੁਲਾਮ ਨਹੀਂ ਸੀ। ਹੁਣ ਇਹਨੂੰ ਗੁਲਾਮ ਬਣਾ ਲਿਆ। ਹੁਣ ਇਹਨੂੰ ਜੇ ਟਰੈਕਟਰ ਹੈ ਤਾਂ ਵਾਹੀ ਹੋਊਗੀ, ਜੇ ਬਿਜਲੀ ਹੈ ਤਾਂ ਸਿੰਜਾਈ ਹੋਊਗੀ, ਜੇ ਰੇਹ ਹੈ ਤਾਂ ਫਸਲ ਹੋਊਗੀ, ਜੇ ਸਪਰੇਅ ਹੈ ਤਾਂ ਫਸਲ ਹੋਊਗੀ। ਹੁਣ ਇਹ ਉਹਨਾਂ ਦੇ ਗਲਬਾ ਪਾ ਲਿਆ, ਖੇਤੀ ਦੇ ਉੱਤੇ ਆਪਣਾ ਕਬਜ਼ਾ ਪਾ ਲਿਆ। ਕਬਜ਼ਾ ਪਾ ਕੇ ਇਹਨੂੰ ਜੱਟ ਨੂੰ ਸਹੂਲਤਾਂ ਦੇ ਕੇ, ਕਰਜ਼ੇ ਦੇ ਕੇ ਇਹਨੂੰ ਜਮ੍ਹਾਂ ਫਸਾ ਕੇ ਹੁਣ ਹਰੇਕ ਬੰਦੇ ਤੋਂ ਇਹ ਕਹਾ ਲਿਆ ਵੀ ਖੇਤੀ ਨਾ ਕਰਿਓ। ਜਿਹੜੀ ਸਾਡੇ ਕੋਲੋਂ ਉਹ ਚੀਜ਼ ਹਥਿਆਉਣ ਦੀ ਖਾਤਰ ਇਹਨਾਂ ਨੇ ਉਹ ਹੱਥਕੰਡੇ ਵਰਤ ਲਏ ਵੀ ਸਾਰੀ ਦੀ ਸਾਰੇ ਲੋਕ ਇਹ ਕਹਿਣ ਲੱਗ ਗਏ ਵੀ ਯਾਰ ਖੇਤੀ ਕਰਨ 'ਚ ਕੋਈ ਫਾਇਦਾ ਨਹੀਂ। ਉੱਧਰੋਂ ਸਰਕਾਰ ਇਹ ਕਹਿਣ ਲੱਗ ਗਈ ਵੀ ਛੋਟੀ ਖੇਤੀ ਕਰਨ ਦਾ ਹੁਣ ਕੋਈ ਫਾਇਦਾ ਨਹੀਂ, ਵੱਡੀਆਂ ਵੱਡੀਆਂ ਕੰਪਨੀਆਂ ਨੂੰ ਦਿਓ। ਯਾਨੀ ਆਹ ਜਿਹੜੀਆਂ ਉਪਜਾਊ ਜ਼ਮੀਨਾਂ 'ਤੇ ਕਾਰਪੋਰੇਟ ਦਾ ਕਬਜ਼ਾ ਕਰਾ ਕੇ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਨੇ ਉਹ ਕਾਰਪੋਰੇਟਾਂ ਦੀ ਮੁੱਠੀ 'ਚ ਦੇਣ ਚਾਹੀਦੀਆਂ ਨੇ। ਘਰਾਂ ਦੇ ਵਿੱਚ ਤੁਸੀਂ ਆਮ ਸੁਣਿਆ ਹੋਣਾ, ਤੁਸੀਂ ਪਿੰਡਾਂ ਦੇ ਰਹਿਣ ਵਾਲੇ ਹੋ, ਵੀ ਯਾਰ ਮੱਝ ਰੱਖਣ 'ਚ ਕੋਈ ਫਾਇਦਾ ਨਹੀਂ। ਹਾਂ ਬਿਲਕੁਲ, ਆਮ ਚਰਚਾ ਹੁੰਦੀ ਹੈ ਤਾਂ ਸੱਥਾ ਮੱਝ ਰੱਖਣ 'ਚ ਕੋਈ ਫਾਇਦਾ ਨਹੀਂ, ਕਿਉਂਕਿ ਫੀਡ ਮਹਿੰਗੀ ਹੈ ਆਪਣੇ। ਹੁਣ ਮੇਰੇ ਕੋਲ ਇੱਕ ਮੱਝ ਹੈ, ਸਾਡੇ ਕੋਲ ਦੁੱਧ ਵਾਧੂ ਹੋ ਜਾਂਦਾ ਥੋੜ੍ਹਾ ਜਿਹਾ ਜ਼ਿਆਦਾ, ਪਰਿਵਾਰ ਦੇ ਜੀ ਥੋੜ੍ਹੇ ਆ। 30-35 ਰੁਪਏ ਦੁੱਧ ਮੱਝ ਦਾ ਲੱਗਦਾ, 30-35 ਰੁਪਏ। ਜਦੋਂ ਅਸੀਂ ਪੀਂਦੇ ਹਾਂ ਸਾਨੂੰ 70-75 ਮਿਲਦਾ ਰਿਹਾ, ਅਸੀਂ ਕਹਿੰਦੇ ਅਸਲੀ ਦੁੱਧ ਤਾਂ 70-75 ਵੀ ਮਹਿੰਗਾ ਨਹੀਂ। ਯਾਨੀ ਦੁੱਧ 70-75 ਵੀ ਮਹਿੰਗਾ ਜੀ ਜੇ ਮਿਲਣਾ ਹੋਵੇ, ਅਤੇ ਅਸੀਂ ਮਜਬੂਰੀ ਹਾਲਤ 'ਚ 35 ਰੁਪਏ ਨੂੰ 36 ਰੁਪਏ ਨੂੰ ਵੇਚ ਰਹੇ ਹਾਂ ਹੁਣ ਇਸ ਵੇਲੇ। ਯਾਨੀ ਜਦੋਂ ਕੋਈ ਮਾਹਰ ਦਾ ਤੁਸੀਂ ਆਰਟੀਕਲ ਪੜ੍ਹਿਆ ਹੋਣਾ ਕਿ ਹਿੰਦੁਸਤਾਨ ਦੇ ਵਿੱਚ ਦੁੱਧ ਦੀ ਖਪਤ ਹੈਗੀ 64,000 ਕਰੋੜ ਲੀਟਰ, 64,000 ਕਰੋੜ, 64,000 ਕਰੋੜ ਹਿੰਦੁਸਤਾਨ ਦੇ ਵਿੱਚ ਖਪਤ ਹੈ ਦੁੱਧ ਦੀ, ਅਤੇ ਕੁੱਲ ਹਿੰਦੁਸਤਾਨ ਦੇ ਜਿੰਨੇ ਪਸ਼ੂ ਨੇ ਉਹਨਾਂ 'ਚੋਂ 14,000 ਕਰੋੜ ਲੀਟਰ ਪੈਦਾਵਾਰ ਹੁੰਦੀ, ਅਤੇ 50,000 ਕਰੋੜ ਲੀਟਰ ਦੁੱਧ ਹੈ ਜਿਹੜਾ ਨਕਲੀ ਬਣਦਾ, ਜਿਹਦੇ ਕਰਕੇ ਸਾਡੇ ਦੁੱਧ ਨੂੰ ਕੋਈ ਪੁੱਛਦਾ। ਇਸ ਕਰਕੇ ਇਸ ਪ੍ਰਬੰਧ ਕਰਕੇ ਬਈ ਅਸੀਂ ਸਾਰੇ ਧੰਦੇ, ਅਸੀਂ ਸਹਾਇਕ ਧੰਦੇ ਵੀ ਸਾਡੇ ਫੇਲ, ਸਾਡੇ ਪੋਲਟਰੀ ਫਾਰਮ ਵੀ ਫੇਲ, ਸਾਡੇ ਪਿਗਰੀ ਫਾਰਮ ਵੀ ਫੇਲ, ਸਾਡੇ ਡੈਰੀ ਫਾਰਮ ਵੀ ਫੇਲ, ਸਾਡੀ ਖੇਤੀ ਵੀ ਫੇਲ। ਇਹ ਲੋਕਾਂ ਨੇ ਜਾਣ ਕੇ ਕੀਤੀ ਹੈ, ਇਹ ਉਨਾ ਚਿਰ ਹੈ ਜਿੰਨਾ ਚਿਰ ਇਹ ਸਾਡੇ ਕੋਲ ਹੈ। ਜਦੋਂ ਇਹ ਉਹਨਾਂ ਦੇ ਕਾਰਪੋਰੇਟ ਨੇ ਹੱਥਾਂ 'ਚ ਆ ਗਈ ਤਾਂ ਆਹੀ ਤੁਹਾਨੂੰ ਇੱਕ ਗੰਨੇ ਦਾ ਗਲਾਸ 100 ਰੁਪਈਏ ਦਾ ਮਿਲਿਆ ਕਰੂਗਾ, ਜਿਹੜਾ ਹੁਣ 10 ਰੁਪਈਆਂ ਦਾ ਵੇਚਦੇ ਹਾਂ। ਜਦੋਂ ਇਹ ਉਹਨਾਂ ਦੇ ਕੋਲ ਹੋ ਗਈ, ਇਹ ਦੁੱਧ ਦਾ ਤੁਹਾਨੂੰ ਲੀਟਰ ਹੈ ਜਿਹੜਾ ਅਸੀਂ 35 ਰੁਪਈਆਂ ਨੂੰ ਵੇਚਿਆ, ਇਹ 500 ਰੁਪਈਏ ਲੀਟਰ ਨੂੰ ਮਿਲਿਆ ਕਰੂਗਾ ਤੁਹਾਨੂੰ, 500 ਰੁਪਈਏ ਲੀਟਰ। ਆਹ ਜਿਹੜੇ ਲੰਗਰ ਲੱਗਦੇ ਨੇ ਨਾ, ਲੰਗਰ ਜਿਹੜੀ ਸਾਡੀ ਵਿਰਾਸਤ ਹੈ, ਜਿਹੜੀ ਜਿਹੜਾ ਸਾਡਾ ਕਹਿੰਦੇ ਨੇ ਵੀ ਸਾਡੇ ਦਰ ਤੋਂ ਕੋਈ ਭੁੱਖਾ ਨਹੀਂ ਜਾਂਦਾ, ਇਹ ਉਹਨਾਂ 'ਚ ਨਹੀਂ ਜਾਂਦਾ ਜਿੰਨਾ ਚਿਰ ਖੇਤਾਂ ਦੇ ਮਾਲਕ ਅਸੀਂ। ਬਿਲਕੁਲ, ਜਿੱਦਾਂ ਇਹਨਾਂ ਦੇ ਖੇਤੀ 'ਤੇ ਕਾਰਪੋਰੇਟ ਦਾ ਕਬਜ਼ਾ ਹੋ ਗਿਆ, ਕਾਰਪੋਰੇਟ ਚਾਹੁੰਦਾ ਵੀ ਆਹ ਜਿਹੜੀ ਚੀਜ਼ ਆ ਮਨੁੱਖਤਾ ਨੂੰ, ਬਿਜਲੀ ਮਨੁੱਖ ਬਿਨਾਂ ਸਰਦਾ ਨਹੀਂ, ਬਿਜਲੀ ਬਿਨਾਂ ਨਹੀਂ ਸਰਦਾ, ਮਨੁੱਖ ਨੂੰ ਪੜ੍ਹਾਈ ਬਿਨਾਂ ਨਹੀਂ ਸਰਦਾ, ਮਨੁੱਖ ਨੂੰ ਇਲਾਜ ਬਿਨਾਂ ਨਹੀਂ ਸਰਦਾ, ਮਨੁੱਖ ਨੂੰ ਟਰਾਂਸਪੋਰਟ ਬਿਨਾਂ ਨਹੀਂ ਸਰਦਾ, ਇਸ ਕਰਕੇ ਮਨੁੱਖ ਨੂੰ ਖਾਣ ਬਿਨਾਂ ਵੀ ਨਹੀਂ ਸਰਦਾ, ਮਨੁੱਖ ਨੂੰ ਪਾਣੀ ਬਿਨਾਂ ਵੀ ਨਹੀਂ ਸਰਦਾ, ਮਨੁੱਖ ਨੂੰ ਹਵਾ ਬਿਨਾਂ ਵੀ ਸਰਦਾ। ਇਹ ਸਾਰੀਆਂ ਚੀਜ਼ਾਂ 'ਤੇ ਕਬਜ਼ਾ ਕਰਕੇ ਉਹਨਾਂ ਦੇ ਮੁਨਾਫੇ ਕਰਨ ਦੀ ਹਵਸ਼ ਹੈ ਜਿਹੜੀ, ਉਹ ਦਿਨ ਪਰ ਦਿਨ ਤੇਜ਼ ਆਈ ਜਾਂਦੀ ਹੈ। ਉਹ ਸਾਡੀਆਂ ਸਰਕਾਰਾਂ 'ਤੇ ਭਾਰੀ ਨੇ, ਵਿਸ਼ਵ ਭਾਰ ਸੰਸਥਾ ਦੇ ਵਿੱਚ ਉਹਨਾਂ ਦਾ ਬੋਲਬਾਲਾ ਹੈ, ਉਹ ਸਾਰੀਆਂ ਨੀਤੀਆਂ 'ਤੇ ਲਾਗੂ ਕਰਦੇ ਨੇ ਜਿਨ੍ਹਾਂ ਦੇ ਕਰਕੇ ਸਾਨੂੰ ਇਹ ਕਹਿਣਾ ਪੈ ਗਿਆ ਵੀ ਇਹ ਖੇਤੀ 'ਚ ਹੁਣ ਕੁਛ ਨਹੀਂ ਬਚਿਆ। ਪ੍ਰਧਾਨ ਜੀ, ਜਦੋਂ ਖੇਤੀ ਦੀ ਗੱਲ ਕਰਦੇ ਹਾਂ, ਅੱਜ ਪਿੰਡਾਂ ਦਾ ਮਾਹੌਲ ਬਣ ਗਿਆ, ਕਿਸੇ ਦਾ ਬੱਚਾ ਕਨੇਡਾ ਜਾ ਰਿਹਾ, ਕਿਸੇ ਦਾ ਬੱਚਾ ਅਮੈਰੀਕਾ ਜਾ ਰਿਹਾ, ਕਿਸੇ ਦਾ ਬੱਚਾ ਆਸਟ੍ਰੇਲੀਆ ਜਾ ਰਿਹਾ। ਜਦੋਂ ਇਹ ਦੌਰ ਸ਼ੁਰੂ ਹੋਇਆ ਪਿੰਡਾਂ 'ਚੋਂ, ਦੁਆਬੇ ਵਾਲੇ ਪਾਸੇ ਨੂੰ ਪਹਿਲਾਂ ਸੀ, ਹੁਣ ਮਾਲਵਾ ਪੱਟੀ 'ਚ ਬਹੁਤਾਤ ਦੇ ਵਿੱਚ ਆ, ਅਤੇ ਪਿਛਲੇ ਦਿਨਾਂ 'ਚ ਟਰੈਵਲ ਏਜੰਟਾਂ ਦਾ ਵੀ ਠੱਗੀ ਠੋਰੀ ਦੇ ਮਾਮਲੇ ਵੀ ਸਾਹਮਣੇ ਆਉਣ ਲੱਗੇ। ਠੱਗੀ ਠੋਰੀ ਦੇ ਮਾਮਲੇ ਆ ਜਿਹੜੇ ਉਹ ਲਗਾਤਾਰ ਵੱਧ ਰਹੇ ਨੇ। ਉਹਨਾਂ ਠੱਗੀ ਠੋਰੀ ਦੇ ਮਾਮਲਿਆਂ ਨੂੰ ਲੈ ਕੇ ਇੱਕ ਯੂਟਿਊਬਰ ਆ ਭਾਨਾ ਸਿੱਧੂ, ਉਹਨਾਂ ਦਾ ਇੱਕ ਵਿਵਾਦ ਛਿੜਦਾ, ਉਹਨਾਂ ਦੇ ਪਰਚੇ ਦਰਜ ਹੁੰਦੇ ਨੇ, ਉਹਨਾਂ ਦਾ ਵੱਡਾ ਇਕੱਠ ਹੁੰਦਾ ਹੈ। ਫਿਰ ਲੋਕ ਇਹ ਕਹਿੰਦੇ ਨੇ, ਕਹਿੰਦੇ ਕਿਸਾਨੀ ਨੂੰ ਤਾਂ ਅਗਰਾਹਾਂ ਗਰੁੱਪ ਬਚਾਉਣ ਦੀ ਕੋਸ਼ਿਸ਼ ਕਰ ਰਿਹਾ, ਕਿਸਾਨਾਂ ਦੀਆਂ ਗੱਲਾਂ ਵੀ ਕਰ ਰਿਹਾ, ਪਰ ਕਹਿੰਦੇ ਇੱਥੇ ਵੀ ਸਟੈਂਡ ਲੈਣਾ ਚਾਹੀਦਾ ਸੀ। ਇਹ ਵੀ ਤਾਂ ਕਿਸਾਨੀ ਦੇ ਨਾਲ ਜੁੜਿਆ ਹੋਇਆ ਮੁੱਦਾ, ਪਿੰਡਾਂ ਦੇ ਲੋਕਾਂ ਦੇ ਨਾਲ ਜੁੜਿਆ ਹੋਇਆ ਮੁੱਦਾ, ਕਹਿੰਦੇ ਉੱਥੇ ਨਹੀਂ ਆਏ।
ਇਹ ਅਸੀਂ ਯੂਟਿਊਬਰ ਨਹੀਂ ਨਾ ਅਸੀਂ ਹਾਂ ਜੀ, ਅਸੀਂ ਯੂਟਿਊਬਰ ਹੋਈਏ ਜੇ ਇੱਥੇ ਅਸੀਂ ਨੇ ਪਿਸ਼ਾਬ ਕੀਤਾ ਉਹ ਕਿਸੇ ਦਾ ਫਾਇਦਾ ਕਰ ਗਿਆ ਸੀ ਤਾਂ ਉਹ ਵੀ ਯੂਟਿਊਬ 'ਤੇ ਪਾ ਦੇਣਾ, ਜੇ ਕਿਸੇ ਨਾਲ ਰੋਟੀ ਖਾ ਕੇ ਕਿਸੇ ਨੂੰ ਦੋ ਰੋਟੀਆਂ ਦੇਤੀਆਂ ਸੀ ਤਾਂ ਉਹ ਵੀ ਯੂਟਿਊਬ 'ਤੇ ਪਾ ਦੇਣਾ, ਅਸੀਂ ਯੂਟਿਊਬਰ ਨਹੀਂ ਨਾ ਜੀ। ਸਾਡੇ ਤਾਂ ਸੈਂਕੜੇ ਕੇਸ ਨੇ ਜਿਹੜੇ ਅਸੀਂ ਟਰੈਵਲ ਏਜੰਟਾਂ ਤੋਂ ਪੈਸੇ ਮੰਗਵਾਏ ਨੇ, ਸੈਂਕੜੇ ਜੀ, ਦਰਜਣਾ ਨਹੀਂ ਸੈਂਕੜੇ ਜੀ। ਅਤੇ ਭਾਨੇ ਸਿੱਧੂ ਤਾਂ ਪੰਜ ਚਾਰ ਹੀ ਕੇਸ ਹੁਣ ਜਿਹੜੇ ਉਹਨੇ ਛੜਾਏ ਛੁੜੇ ਹੋਣਗੇ ਬੰਦੇ ਉਹਨੇ ਜੀ, ਉਦੋਂ ਸੈਂਕੜੇ ਨੇ ਸਾਡੇ। ਅਸੀਂ ਜੇ ਸਾਡੇ ਕੋਲ ਕੋਈ ਕੇਸ ਆਉਂਦਾ, ਸਾਡਾ ਤਰੀਕਾ ਹੋਰ ਹੈ, ਉਹਨਾਂ ਦਾ ਤਰੀਕਾ ਹੋਰ ਹੈ, ਉਹਦਾ ਤਾਂ ਜਵਾਬ ਦੇ ਸਕਦੇ ਨੇ ਉਹੀ, ਉਹਨਾਂ ਨੇ ਕਿਹੜੇ ਤਰੀਕੇ ਨਾਲ ਉਹ ਮਤਲਬ ਪੈਸੇ ਮੰਡਵਾਉਂਦੇ ਨੇ। ਪੈਸੇ ਮੰਡਵਾਉਂਦੇ ਨੇ ਕੋਈ ਏਜੰਟ ਦੇ ਤੁਸੀਂ ਮੰਡਾਉਂਦੇ ਹੋ ਜਾਂ ਕੋਈ ਹੋਰ ਮੰਡਾਉਂਦਾ ਜਾਂ ਭਾਨਾ ਸਿੱਧੂ ਮੰਡਾਉਂਦਾ ਜਾਂ ਕੌਣ ਮੰਡਾਉਂਦਾ, ਇਹ ਚੰਗੀ ਗੱਲ ਹੈ ਜੀ। ਅਸਲ ਵਿੱਚ ਸਾਡੀ ਜਿਹੜੀ ਹਾਲਤ ਹੈ ਸਭ ਤੋਂ ਵਧੀਆ, ਸਾਡੇ ਲੋਕਾਂ ਦੇ ਵਿੱਚ ਇਹ ਗੱਲ ਘਰ ਘਰ ਗਈ ਵੀ ਸਾਡਾ ਬੱਚਾ ਜੇ ਬਾਹਰ ਵਗ ਜੇ ਅਸੀਂ ਸਾਡੇ ਬਾਰੇ ਨੇਰੇ ਹੋ ਜਾਣ ਜੀ। ਇਹ ਗੱਲ ਇਹਨਾਂ ਨੂੰ ਘਰ ਘਰ ਗਈ ਵੀ ਇੱਥੇ ਤਾਂ ਬੱਚੇ ਦੀ ਜ਼ਿੰਦਗੀ ਦਾ ਕੁਛ ਨਹੀਂ ਬਣਨਾ, ਇਹਨੂੰ ਬਾਹਰ ਭੇਜਣ ਵਾਸਤੇ ਸਿਸਟਮ ਮੌਜੂਦ ਸਿਸਟਮ ਨੇ ਸਾਨੂੰ ਤੰਗ ਕੀਤਾ ਹੈ ਜੀ। ਸਾਡੀ ਲੜਾਈ ਉਹਨਾਂ ਸਰਕਾਰਾਂ ਨਾਲ, ਉਸ ਸਿਸਟਮ ਨਾਲ, ਉਸ ਲਾਈਨ ਨਾਲ, ਜਿਹੜੀ ਲਾਈਨ ਨੇ ਸਾਡੇ ਬੱਚਿਆਂ ਦਾ ਰੁਜ਼ਗਾਰ ਖੋਲ੍ਹਿਆ, ਇਸ ਲਾਈਨ ਨਾਲ ਹੈ। ਇਕੱਲੇ ਏਜੰਟਾਂ ਦੇ ਨਾਲ ਲੜਾਈ ਲੜੇ ਤੋਂ ਇਹ ਗੱਲ ਨਹੀਂ ਬਣਦੀ, ਏਜੰਟਾਂ ਵਾਲੇ ਮਸਲੇ ਤਾਂ ਇਸ ਲੜਾਈਆਂ ਦੇ ਵਿੱਚ ਛੋਟੇ ਨੇ ਆ ਜਾਂਦੇ ਨੇ, ਮੰਡਵਾ ਦਿੰਦੇ ਨੇ ਸਾਡੇ ਬੰਦੇ, ਬਹੁਤ ਬੰਦਿਆਂ ਦੇ ਪੈਸੇ ਮੰਡਾਉਣੇ, 28-28 ਲੱਖ ਰੁਪਇਆ ਮੰਡਵਾਇਆ ਜੀ। ਅਤੇ ਇਸ ਕਰਕੇ ਇੱਧਰਲੀ ਲੜਾਈ ਦੇ ਵਿੱਚ ਐਂ ਨਹੀਂ ਵੀ ਅਸੀਂ ਪਏ ਨਹੀਂ ਹੋਏ, ਅਸੀਂ ਬਿਲਕੁਲ ਪਏ ਹਾਂ, ਛੱਡਿਆ ਕਦੇ ਵੀ ਨਹੀਂ। ਅਤੇ ਅਸੀਂ ਤਾਂ ਇਸ ਗੱਲ ਤੱਕ ਪਏ ਹੋਏ ਹਾਂ ਵੀ ਮੂਲੋਂ ਜਿਹੜੀ ਸਮੱਸਿਆ ਸਾਡੇ ਬੱਚਿਆਂ ਨੂੰ ਨਸ਼ਿਆਂ 'ਚ ਲਾਉਣ ਵਾਲੀ, ਸਾਡੇ ਬੱਚਿਆਂ ਦਾ ਰੁਜ਼ਗਾਰ ਖੋਹਣ ਵਾਲੀ, ਇਹਦਾ ਜ਼ਿੰਮੇਵਾਰ ਕੌਣ ਹੈ ਵੀ ਸਾਡੇ ਬੱਚੇ ਕਿਉਂ ਜਾ ਰਹੇ ਨੇ ਬਾਹਰਲੇ ਮੁਲਕਾਂ 'ਚ, ਜਿਹੜੇ ਮੁਲਕਾਂ 'ਚ ਜਿਹੜੇ ਬੱਚਿਆਂ 'ਚ ਜਿਹੜੇ ਬੱਚੇ ਸਾਡੇ ਜਾ ਕੇ ਜਿਨ੍ਹਾਂ ਕੋਲ ਸਾਡੇ ਬੱਚੇ ਹੁਣ ਗੁਲਾਮੀ ਕਰਦੇ ਨੇ, ਉਹਨਾਂ ਦੀ ਗੁਲਾਮੀ ਤੋਂ ਛਡਾਉਣ ਦੀ ਖਾਤਰ ਤਾਂ ਭਗਤ ਸਿੰਘ ਹੋਰਾਂ ਨੇ ਜ਼ਿੰਦਗੀਆਂ ਲਾਈਆਂ ਨੇ ਜੀ। ਉਹਨਾਂ ਗੋਰਿਆਂ ਦੇ ਖਿਲਾਫ਼, ਯੂਕੇ ਵਾਲਿਆਂ ਦੇ ਖਿਲਾਫ਼ ਤਾਂ ਭਗਤ ਸਿੰਘ ਹੋਰੀ ਲੜਦੇ ਰਹੇ ਨੇ, ਫਾਂਸੀ ਲੱਗੇ ਨੇ ਉਹ ਜੀ। ਅਸੀਂ ਬੱਚਿਆਂ ਨੂੰ ਫਿਰ ਉਹਨਾਂ ਦੀ ਬੁੱਕਲ 'ਚ ਬਿਠਾ ਰਹੇ ਹਾਂ ਜਾ ਕੇ, ਇਹ ਸਾਡੀਆਂ ਮਜਬੂਰੀਆਂ ਨੇ, ਇਹ ਬੇਵਸੀ ਹੈ ਕਿਉਂਕਿ ਇੱਥੇ ਕੋਈ ਰੁਜ਼ਗਾਰ ਨਹੀਂ, ਖੇਤੀ 'ਚ ਕੁਛ ਬਚਦਾ ਨਹੀਂ, ਹੋਰ ਕਿਸੇ ਨੂੰ ਕੋਈ ਕੰਮ ਨਹੀਂ, ਤਾਂ ਵਿਹਲੇ ਬੱਚਿਆਂ ਨੂੰ ਕਿੱਧਰ ਕਹੀਏ, ਜ਼ਮੀਨਾਂ ਵੇਚ ਕੇ ਸਾਡੇ ਬੱਚਿਆਂ ਨੂੰ ਉੱਧਰ ਨੂੰ ਭੇਜ ਰਹੇ ਹਾਂ ਅਸੀਂ, ਉਹਦੇ 'ਚੋਂ ਅਸੀਂ ਟਰੈਵਲ ਏਜੰਟਾਂ ਨੂੰ ਫਸਦੇ ਹਾਂ। ਉਹ ਟਰੈਵਲ ਏਜੰਟਾਂ ਦੇ ਵਿੱਚ ਕੁਛ ਹਿੱਸਾ ਇਹੋ ਜਿਹਾ ਵੀ ਜਿਹੜਾ ਠੱਗਾ ਠੋਰੀਆਂ ਲਾਉਂਦਾ, ਇਹਦੇ 'ਚ ਸਾਫ਼ ਹੀ ਹੈ, ਉਹਨਾਂ ਨਾਲ ਸੰਘਰਸ਼ ਹੁੰਦੇ ਨੇ ਥਾਂ ਥਾਂ 'ਤੇ, ਕੋਈ ਕਿਸੇ ਤੋਂ ਮੰਡਵਾਉਂਦਾ, ਕੋਈ ਕਿਸੇ ਦੇ ਮੰਡਵਾਉਂਦਾ, ਕਿਸੇ ਦਾ ਤਰੀਕਾ ਕੀ ਹੈ, ਕਿਸੇ ਦਾ ਤਰੀਕਾ ਵੱਖਰੇ ਵੱਖਰੇ ਤਰੀਕੇ ਜੀ। ਪ੍ਰਧਾਨ ਜੀ, ਜਿਹੜਾ ਹੈਗਾ ਭਾਰਤ ਬੰਦ ਦਾ ਸੱਦਾ ਤੁਸੀਂ ਦਿੱਤਾ, ਵੱਖ ਵੱਖ ਜਥੇਬੰਦੀਆਂ ਨੇ ਉਹਦੇ ਵਿੱਚ ਤੁਸੀਂ ਵੀ ਸ਼ਾਮਲੋ, ਤਾਂ ਹੁਣ ਜਿਹੜੀਆਂ ਲੋਕ ਸਭਾ ਚੋਣਾਂ ਆ ਰਹੀਆਂ 2024 ਦੀਆਂ, ਕਿਉਂਕਿ ਸਿੱਧੇ ਤੌਰ 'ਤੇ ਜੇ ਉਹ ਮਸਲੇ ਨੇ ਉਹ ਸਿੱਧੇ ਤੌਰ 'ਤੇ ਸੈਂਟਰ ਦੇ ਨਾਲ ਨੇ, ਨਰਿੰਦਰ ਮੋਦੀ ਹੋਣਿਆਂ ਦੇ ਨਾਲ ਨੇ, ਹੁਣ ਕੀ ਪ੍ਰੋਗਰਾਮ ਲਿਖੇ ਜਾਣਗੇ ਪਿੰਡਾਂ ਦੇ ਵਿੱਚ ਜੇ ਪ੍ਰਚਾਰ ਹੁੰਦਾ ਉਸ ਤਰ੍ਹਾਂ ਦਾ, ਭਾਜਪਾ ਦੇ ਲੋਕ ਆਉਂਦੇ ਨੇ ਜਾਂ ਕਿਹੜੀਆਂ ਕਿਹੜੀਆਂ ਪਾਰਟੀਆਂ ਦਾ, ਉਹ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਲੀਕ ਰਹੇ ਹੋ ਕਿ ਕਿਸ ਤਰ੍ਹਾਂ ਸਵਾਲ ਕੀਤੇ ਜਾਣ, ਉਹਨਾਂ ਦਾ ਵਿਰੋਧ ਕੀਤਾ ਜਾਵੇ? ਦੇਖੋ, ਸਦਾ ਹੀ ਲੀਕਦੇ ਹਾਂ ਅਸੀਂ, ਹਮੇਸ਼ਾ ਇਸ ਐਕਸ਼ਨ ਦੇ ਵਿੱਚ ਜਦੋਂ ਵੀ ਕੋਈ ਐਕਸ਼ਨ ਹੁੰਦਾ ਉਦੋਂ ਅਸੀਂ ਇਹ ਕਰਦੇ ਹਾਂ ਵੀ ਜਦੋਂ ਕੋਈ ਐਕਟੀਵਿਟੀ ਹੁੰਦੀ ਹੈ, ਐਕਟੀਵਿਟੀ ਦੇ ਵਿੱਚ ਗੱਲਾਂ ਵੀ ਰੱਖਦੇ ਹਾਂ, ਪ੍ਰਚਾਰ ਵੀ ਕਰਦੇ ਹਾਂ, ਰੈਲੀਆਂ ਵੀ ਕਰਦੇ ਹਾਂ, ਅਸੀਂ ਸਾਰੀਆਂ ਗੱਲਾਂ ਜਿਹੜੀਆਂ ਮੈਂ ਹੁਣ ਤੱਕ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਖੇਤੀ ਖੇਤਰ ਬਾਰੇ, ਰੁਜ਼ਗਾਰ ਬਾਰੇ, ਸਾਡੇ ਦੇਸ਼ ਦੀ ਹਾਲਤ ਬਾਰੇ, ਦੇਸ਼ ਦੀਆਂ ਨੀਤੀਆਂ ਬਾਰੇ, ਖੇਤੀ ਨੀਤੀ ਬਾਰੇ, ਸਾਰੀਆਂ ਗੱਲਾਂ ਅਸੀਂ ਲੋਕਾਂ ਕੋਲ ਲੈ ਕੇ ਜਾਂਦੇ ਹਾਂ, ਲੋਕਾਂ ਨਾਲ ਸਾਂਝੀਆਂ ਕਰਦੇ ਹਾਂ। ਅਸੀਂ ਕਹਿੰਦੇ ਵੀ ਸਰਕਾਰ ਨੂੰ, ਜਿਹੜੇ ਪੋਲੀਟੀਕਲ ਲੋਕ ਤੁਹਾਡੇ ਕੋਲ ਆਉਂਦੇ ਨੇ, ਸੱਥਾਂ 'ਚ ਆਉਂਦੇ ਨੇ, ਉਹਨਾਂ ਨੂੰ ਸਵਾਲ ਪੁੱਛੋ ਜੀ, ਉਹਨਾਂ 'ਤੇ ਸਵਾਲ ਕਰੋ ਵੀ ਸਾਡਾ ਕਰਜ਼ਾ ਕਦੋਂ ਖਤਮ ਹੋਊ, ਸਾਡੇ ਬੱਚਿਆਂ ਦਾ ਰੁਜ਼ਗਾਰ ਕਿਉਂ ਹੈ, ਸਾਡੇ ਬੱਚੇ ਬਾਹਰ ਕਿਉਂ ਜਾਣ ਲੱਗ ਗਏ, ਸਾਡੇ ਬੱਚਿਆਂ ਦੀ ਸਾਡੀ ਦੁਰਦਸ਼ਾ ਕਿਉਂ ਹੈ, ਸਾਡੇ ਚੰਗੇ ਦਿਨ ਕਦੋਂ ਆਉਣਗੇ, ਕਾਰਪੋਰੇਟਾਂ ਦੇ ਮੁਨਾਫੇ ਵਧੀ ਜਾਂਦੇ ਨੇ, ਸਾਡੇ ਮੁਨਾਫੇ ਘਟੀ ਜਾਂਦੇ ਨੇ, ਇਸ ਗੱਲ ਦਾ ਰੁਜ਼ਗਾਰ ਕਿਉਂ ਹੈ? ਦੇਖੀਏ, ਤੁਸੀਂ ਹੈਰਾਨ ਹੋਵੋਗੇ ਵੀ ਪ੍ਰਧਾਨ ਮੰਤਰੀ ਦਾ ਬਿਆਨ ਹੈ ਪਿਛਲੇ ਦਿਨਾਂ 'ਚ ਕਿ ਹਿੰਦੁਸਤਾਨ ਦੇ ਵਿੱਚ ਅਸੀਂ 80 ਕਰੋੜ ਲੋਕਾਂ ਨੂੰ ਫਰੀ ਅਨਾਜ ਵਾਸਤੇ 17 ਲੱਖ ਕਰੋੜ ਰੁਪਈਆ ਇੱਕ ਸਾਲ ਦਾ ਜਿਹਦੇ 'ਤੇ ਲੱਗਦਾ, ਉਸ ਸਕੀਮ ਨੂੰ 25 ਤੱਕ ਲਾਗੂ ਰੱਖਾਂਗੇ।
ਜਿਹੜੇ ਦੇਸ਼ ਦੀ 57-58% ਆਬਾਦੀ ਨੂੰ ਸਰਕਾਰ ਹੁਣ ਵੀ ਇਹ ਮੰਨ ਰਹੀ ਹੈ ਵੀ ਉਹ ਗਰੀਬੀ ਰੇਖਾ ਤੋਂ ਹੇਠ ਨੇ, ਉਹਨਾਂ ਨੂੰ ਅਨਾਜ ਲੈ ਨਹੀਂ ਸਕਦੇ, ਖਰੀਦ ਨਹੀਂ ਸਕਦੇ, ਫਿਰ ਟੀਂਗਾ ਮਾਰਨ ਦਾ ਕੀ ਫਾਇਦਾ ਵੀ ਤੁਸੀਂ ਦੇਸ਼ ਦਾ ਵਿਕਾਸ ਕਰ ਰਹੇ। ਗਰੀਬਾਂ ਦੀ ਤਾਂ ਹਾਲਤ ਇਹ ਬਣੀ ਖੜੀ ਹੈ ਵੀ ਉਹਨਾਂ ਕੋਲ ਅਨਾਜ ਖਾਣ ਵਾਸਤੇ ਵੀ ਹੈ ਨਹੀਂ, ਉਹ ਵੀ ਸਰਕਾਰ ਫ੍ਰੀ ਦੇ ਰਹੀ ਹੈ 80 ਕਰੋੜ ਲੋਕਾਂ ਨੂੰ। ਬਿਲਕੁਲ, 135-140 ਕਰੋੜ ਦੀ ਆਬਾਦੀ 'ਚੋਂ 80 ਕਰੋੜ ਲੋਕਾਂ ਦੀ 57% ਆਬਾਦੀ ਬਣਦੀ ਹੈ। 57% ਦੇਸ਼ ਦੀ ਅੱਧ ਤੋਂ ਵੱਧ ਆਜ਼ਾਦੀ ਨੂੰ ਤਾਂ ਤੁਸੀਂ ਫ੍ਰੀ ਅਨਾਜ ਦੇ ਰਹੇ ਹੋ, ਇਹ ਇਕਬਾਲ ਕਰ ਰਹੇ ਹੋ ਵੀ ਗਰੀਬੀ ਰੇਖਾ ਤੋਂ ਹੇਠ ਹੈ। ਬਿਲਕੁਲ, ਫਿਰ ਕਿਹੜੇ ਵਿਕਾਸ ਦੀਆਂ ਗੱਲਾਂ ਕਰਦੇ ਹੋ ਤੁਸੀਂ? ਕਿਹਦੇ ਵਿਕਾਸ ਦੀਆਂ ਗੱਲਾਂ ਕਰਦੇ ਹੋ ਤੁਸੀਂ? ਕਾਹਦੀਆਂ ਡੇਂਗਾਂ ਮਾਰ ਰਹੇ ਹੋ ਤੁਸੀਂ? ਦੇਸ਼ ਵੱਡਾ ਅਰਥਚਾਰਾ ਬਣਨ ਜਾ ਰਿਹਾ, ਕਾਹਦਾ? ਉਤਪਾਦਨ ਦਾ। ਉਤਪਾਦਨ ਕਿਹਦਾ? ਕਾਰਪੋਰੇਟਾਂ ਦਾ। ਉਤਪਾਦਨ ਕਿਹਦਾ? ਸਨਅਤਾਂ ਦਾ। ਉਤਪਾਦਨ ਦੇ ਵਿੱਚ ਤੁਸੀਂ ਪੂੰਜੀਵਾਦ ਦਾ ਉਤਪਾਦਨ ਗਿਣੀ ਜਾਂਦੇ ਹੋ ਤੁਸੀਂ। ਤੁਸੀਂ ਲੋਕਾਂ ਦੀ ਆਮਦਨ ਦੇਖੋ, ਉਹਨਾਂ ਦੀ ਪਰ ਜੀ ਆਮਦਨ ਕਿੰਨੀ ਹੈ, ਉਹਨਾਂ ਗਰੀਬਾਂ ਦਾ ਨੂੰ ਰੁਜ਼ਗਾਰ ਹੈਗਾ, ਉਹਨਾਂ ਦੇ ਹੱਥਾਂ 'ਚ ਪੈਸੇ ਹੈਗੇ। ਇਸ ਕਰਕੇ ਗੱਲਾਂ ਅਸੀਂ ਸਾਰੀਆਂ ਲੋਕਾਂ ਕੋਲ ਲੈ ਕੇ ਜਾ ਰਹੇ ਹਾਂ। ਪ੍ਰਧਾਨ ਜੀ, ਜਿਵੇਂ ਮੰਨ ਲਓ ਜਿਹੜਾ ਮਾਹੌਲ ਆ ਪੰਜਾਬ ਦਾ, ਜਿਸ ਤਰ੍ਹਾਂ ਦੇ ਨਾਲ ਵੱਖ ਵੱਖ 295 ਬਹੁਤ ਸਾਰੇ ਲੋਕਾਂ 'ਤੇ ਮੁਕੱਦਮੇ ਦਰਜ ਕਰ ਦਿੱਤੇ ਗਏ, ਜੋ ਕੋਈ ਇੰਟਰਵਿਊ ਵੀ ਕਰ ਰਿਹਾ ਜਾਂ ਆਪਣੀ ਗੱਲ ਰੱਖ ਰਿਹਾ ਰਾਮ ਮੰਦਿਰ ਨੂੰ ਲੈ ਕੇ, ਜਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਪੰਜਾਬ 'ਚ, ਪਰਚੇ 'ਤੇ ਪਰਚੇ ਹੋ ਰਹੇ ਨੇ ਲਗਾਤਾਰ, ਉਹਨੂੰ ਤੁਸੀਂ ਕਿਵੇਂ ਵੇਖਦੇ? ਦੇਖੋ, ਇਹ ਤਾਨਾਸ਼ਾਹੀ ਹੈ, ਇਹ ਕਿਸੇ ਬੰਦੇ ਨੂੰ ਬੋਲਣ ਦਾ ਅਧਿਕਾਰ ਉਹਦੀ ਜਮਹੂਰੀਆ 'ਤੇ ਛਾਪਾ ਹੈ। ਇਹ ਇੱਥੇ ਤਾਨਾਸ਼ਾਹੀ, ਇਹ ਤਾਂ ਜਮਹੂਰੀਅਤ ਅਤੇ ਲੋਕ ਰਾਜ ਸਿਸਟਮ ਨੂੰ ਇਹ ਖਤਮ ਕਰਨਾ ਚਾਹੁੰਦੇ ਨੇ, ਲੋਕਾਂ ਦੀ ਆਵਾਜ਼ ਬੰਦ ਕਰਨਾ, ਲੋਕਾਂ ਨੇ ਬੋਲਣਾ। ਹਾਂ, ਕੋਈ ਕਿਸੇ ਦਾ ਕੋਈ ਐਵੀਡੈਂਸ ਹੈ ਕਿਸੇ ਦਾ, ਉਹਦੇ ਧਰਨ ਧਾਰਾ ਤੁਸੀਂ ਕਹੋ ਭਾਈ ਆਹ ਕਿਉਂ ਤੂੰ ਗਲਤ ਹੋ ਰਿਹਾ, ਕੋਈ ਗਲਤ ਲੋਕਾਂ ਨੂੰ ਲੱਗੇ ਲੋਕ ਗਲਤ ਕਹਿਣਗੇ, ਕਿਸੇ ਨੇ ਕੋਈ 4 ਸ਼ਬਦ ਲਿਖਤੇ, ਕਿਸੇ ਨੇ 4 ਸ਼ਬਦ ਕੋਈ ਬੋਲਤੇ ਜੋ ਅਗਲੇ ਨੂੰ ਠੀਕ ਲੱਗੇ, ਉਹ ਅਗਲੇ ਦੇ ਵਿਚਾਰ ਨੇ ਜੀ। ਤੁਸੀਂ ਮੇਰੇ ਬਾਰੇ ਕੀ ਸੋਚਦੇ ਹੋ? ਤੁਸੀਂ ਅੱਡ ਸੋਚਦੇ ਹੋ, ਇਹ ਮੇਰੇ ਬਾਰੇ ਕੀ ਸੋਚਦੇ ਨੇ? ਅੱਡ, ਇਹਨਾਂ ਦੀ ਅੱਡ ਸੋਚ ਹੈ। ਕੋਈ ਕਿਸੇ ਦੇ ਬਾਰੇ ਕੀ ਸੋਚਦਾ ਹੈ ਕਿਸੇ ਬਾਰੇ? ਕਿਸੇ ਵੀ ਦੁਰਘਟਨਾ, ਕੋਈ ਮੰਦਰ ਦੀ ਗੱਲ ਹੈ, ਕੋਈ ਮਸਜਿਦ ਦੀ ਗੱਲ ਹੈ, ਕੋਈ ਗੁਰੂ ਘਰ ਦੀ ਗੱਲ ਹੈ, ਕੋਈ ਸਿਸਟਮ ਦੀ ਗੱਲ ਹੈ, ਕੋਈ ਉਹਦੇ ਬਾਰੇ ਕੋਈ ਬੋਲਣਾ, ਜਿਹੋ ਜਿਹੇ ਅਗਲੇ ਦੇ ਵਿਚਾਰ ਨੇ, ਉਹ ਵਿਚਾਰ ਰੱਖਣ ਦਾ ਅਧਿਕਾਰ ਹਰੇਕ ਨੂੰ ਹੋਣਾ ਚਾਹੀਦਾ, ਅਤੇ ਉਹਨਾਂ 'ਤੇ ਇਸ ਕਿਸਮ ਦੀਆਂ ਧਾਰਾਵਾਂ ਲਾਉਣੀ, ਇਹ ਧਾਰਾ ਵੈਸੇ ਖਤਰਨਾਕ ਹੈ, ਇਹਨੂੰ ਵਾਪਸ ਲੈਣਾ ਚਾਹੀਦਾ ਸਰਕਾਰ ਨੂੰ, ਜਿਨ੍ਹਾਂ 'ਤੇ ਪਰਚੇ ਪਏ ਨੇ ਵਾਪਸ ਲੈਣੇ ਚਾਹੀਦੇ ਨੇ। ਇਹ ਤਾਨਾਸ਼ਾਹੀ ਹੈ, ਡਿਕਟੇਟਰਸ਼ਿਪ ਹੈ, ਜਮਹੂਰੀਅਤ ਨੂੰ ਖਤਰਾ ਹੈ। ਪ੍ਰਧਾਨ ਜੀ, ਅਖੀਰ 'ਤੇ ਇਸ ਤਰ੍ਹਾਂ ਕਿਉਂ ਹੁੰਦਾ ਜਦੋਂ ਵੀ ਪੰਜਾਬ ਦਾ ਮੁੱਖ ਮੰਤਰੀ ਬਣਿਆ ਜਾਂ ਦੇਸ਼ ਦਾ ਕੋਈ ਪ੍ਰਧਾਨ ਮੰਤਰੀ ਬਣਿਆ, ਉਹ ਪਹਿਲਾਂ ਬੜੀਆਂ ਗੱਲਾਂ ਹੁੰਦੀਆਂ ਲੋਕਾਂ ਦੇ ਨਾਲ, ਖਾਸ ਤੌਰ 'ਤੇ ਤੁਹਾਡੇ ਤਾਂ ਜ਼ਿਲ੍ਹੇ ਦੇ ਨੇ ਭਗਵੰਤ ਸਿੰਘ ਮਾਨ ਹੋਣੀ, ਉਹ ਕਹਿੰਦੇ ਰਹੇ ਮੈਂ ਮਹਿੰਦਰ ਸਿੰਘ ਦਾ ਮੁੰਡਾ, ਸ਼ਾਇਦ ਤੁਸੀਂ ਤਾਂ ਉਹਨਾਂ ਦੇ ਪਿਤਾ ਜੀ ਨੂੰ ਮਿਲਦੇ ਵੀ ਰਹੇ ਹੋਵੋਗੇ, ਤੁਹਾਡਾ ਤਾਂ ਇਲਾਕਾ ਹੈ। ਫਿਰ ਬਾਅਦ ਦੇ ਵਿੱਚ ਉਸ ਤਰ੍ਹਾਂ ਦਾ ਨਹੀਂ ਹੁੰਦਾ, ਅੱਜ ਕੱਲ੍ਹ ਉਹ ਜਦੋਂ ਤੁਹਾਡੇ ਧਰਨੇ ਲੱਗਦੇ ਨੇ, ਉਹਨਾਂ ਦੇ ਬਹੁਤ ਸਾਰੇ ਲੀਡਰ ਇਹ ਵੀ ਕਹਿ ਦਿੰਦੇ ਨੇ ਇਹਨਾਂ ਕੋਲ ਤਾਂ ਸਮਾਂ ਵਾਧੂ ਆ ਜੀ, ਇਹ ਤਾਂ ਇਸ ਤਰ੍ਹਾਂ ਹੀ ਆ ਜਾਂਦੇ ਨੇ ਧਰਨੇ ਲਾਉਣ ਆ ਜਾਂਦੇ ਨੇ, ਪਰ ਜਦੋਂ ਉਹ ਸੱਤਾ 'ਚ ਨਹੀਂ ਹੁੰਦੇ ਉਦੋਂ ਇਹ ਧਰਨਿਆਂ ਨੂੰ ਇਹ ਵੀ ਕਹਿੰਦੇ ਨੇ ਵੀ ਠੀਕ ਹੈ ਯਾਰ ਮੈਂ ਵੀ ਤੁਹਾਡੇ ਸਮਰਥਨ 'ਚ। ਸੱਤਾ ਕਿਵੇਂ ਮਿਲੂਗੀ? ਕੁਰਸੀ ਦੀ ਲਾਲਸਾ ਇਹੋ ਜਿਹੀ ਹੁੰਦੀ ਆ। ਜਿਹੜੀਆਂ ਗੱਲਾਂ ਭਗਵੰਤ ਮਾਨ ਸਾਹਿਬ ਬੋਲਦੇ ਰਹੇ ਨੇ ਪਹਿਲਾਂ ਬਿਨਾਂ ਸੱਤਾ ਤੋਂ, ਕਿ ਯਾਰ ਵੱਡੇ ਵੱਡੇ ਕਾਫਲੇ ਬੰਨ ਲੈਂਦੇ ਨੇ, 50-50, 100-100 ਗੱਡੀਆਂ ਮੁੱਖ ਮੰਤਰੀ ਦੇ ਨੇੜੇ ਵੀ ਨਹੀਂ ਲੱਗਣ ਦਿੰਦੇ, ਉਸ ਦਿਸ਼ਾ ਵਿੱਚੋਂ ਤਾਂ ਉਸ ਦਿਸ਼ਾ 'ਚ ਤਾਂ ਹੁਣ ਨਿਕਲ ਰਹੇ ਨੇ ਆਪ, ਉਹ ਸਾਰਾ ਕੁਛ ਜੋ ਬੋਲਦੇ ਰਹੇ ਨੇ ਉਹ ਆਪ ਕਰ ਰਹੇ ਨੇ। ਵੱਡੇ ਵੱਡੇ ਕਾਰਪੋਰੇਟਾਂ ਨੂੰ ਮੁਨਾਫੇ ਦਵਾਉਂਦੇ ਨੇ, ਵੱਡੇ ਵੱਡੇ ਕਾਰਪੋਰੇਟਾਂ ਨੂੰ ਤੁਸੀਂ ਸੱਦੀ ਜਾ ਰਹੇ ਹੋ, ਤੁਸੀਂ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਪੂੰਜੀ ਨਿਵੇਸ਼ ਵਾਸਤੇ ਸੱਦੀ ਜਾ ਰਹੇ ਹੋ, ਤੇਲ ਇਹਨਾਂ ਪਾਈਪਾਂ ਤੁਹਾਡੇ ਇਲਾਕੇ 'ਚ ਨਿਕਲ ਰਹੀਆਂ ਨੇ, ਜਬਰੀ ਉਹਨਾਂ ਦੇ ਜ਼ਮੀਨਾਂ ਦੇ ਪੈਸੇ ਦੇਣ ਨੂੰ ਤੁਸੀਂ ਤਿਆਰ ਨਹੀਂ, ਭਾਰਤਮਾਲਾ ਪ੍ਰੋਜੈਕਟ 'ਤੇ ਤੁਸੀਂ ਸੜਕਾਂ ਵੱਡੀਆਂ ਚੌੜੀਆਂ ਕੱਢੀ ਜਾਂਦੇ ਹੋ ਅਤੇ ਉਹਨਾਂ 'ਚ ਕਿਸਾਨਾਂ ਨੇ ਪੈਸੇ ਮੰਗੇ ਨੇ, ਆਪਦੀ ਮੂੰਹ ਮੰਗੀ ਕੀਮਤ ਦੇਣ ਨੂੰ ਤਿਆਰ ਨਹੀਂ, ਤੁਸੀਂ ਉਹਨਾਂ ਦੀ ਬਣਦੀ ਕੀਮਤ ਦੇਣ ਨੂੰ ਵੀ ਤਿਆਰ ਨਹੀਂ, ਕਿਉਂਕਿ ਜਿਹੜੀਆਂ ਗੱਲਾਂ ਲੋਕਾਂ ਦੇ ਉਦੋਂ ਸੱਤਾ ਤੋਂ ਬਾਹਰ ਲੈ ਕੇ ਕਰਦੇ ਨੇ, ਸੱਤਾ ਦੇ ਉੱਤੇ ਆਉਣ ਤੋਂ ਬਾਅਦ ਹੀ ਦੱਸੀ ਗਏ ਨੇ ਵੀ ਜੇ ਤੁਸੀਂ ਮੁੱਖ ਮੰਤਰੀ ਸਾਨੂੰ ਵੀ ਬਣਾ ਦਿਉ ਨਾ, ਅਸੀਂ ਵੀ ਇਹੀ ਕੁਛ ਕਰਾਂਗੇ ਜਿਹੜਾ ਕੁਛ ਇਹ ਕਰ ਰਹੇ।
ਰੌਲਾ ਇਹ ਆ ਵੀ ਸਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਵੀ ਅਸਲ 'ਚ ਸਾਡੀ ਸਮੱਸਿਆ ਦੀ ਜੜ੍ਹ ਕਿੱਥੇ ਹੈ। ਸਾਨੂੰ ਤਾਂ ਵਿਸ਼ਵ ਪਰ ਸੰਸਥ ਨੀਤੀਆਂ, ਜੇ ਨੀਤੀਆਂ ਬਦਲਣਾ, ਨੀਤੀਆਂ ਬਦਲਾਉਣ 'ਤੇ ਪ੍ਰੈਸ਼ਰ ਪਾਓ। ਤੁਸੀਂ ਆਪਦੀ ਇੱਕ ਬੰਦਿਆਂ ਦੀ ਇੱਥੇ ਨੀਤੀ ਘਾੜੇ ਤਿਆਰ ਕਰੋ, ਜਿਹੜੀਆਂ ਇਹੋ ਜਿਹੀਆਂ ਪਾਰਟੀਆਂ ਤਿਆਰ ਹੋਣ ਜਿਹੜੀਆਂ ਤੁਹਾਡੀਆਂ ਇਹ ਗੱਲਾਂ ਕਹਿਣ ਵੀ ਭਾਈ ਇੱਥੇ ਕਾਣੀ ਵੰਡ ਖਤਮ ਕਰਾਂਗੇ ਜੀ। ਕਿਸੇ ਦੇ ਚੋਣ ਮੈਨੀਫੈਸਟੋ ਦੇ ਵਿੱਚ ਨਹੀਂ ਹੋਊਗਾ ਇਹ ਵੀ ਇੱਥੇ ਗਰੀਬੀ ਅਤੇ ਅਮੀਰੀ ਦਾ ਐਂ ਤਾਂ ਲਿਖ ਦੇਣਗੇ ਵੀ ਗਰੀਬੀ ਖਤਮ ਕਰ ਦਿਆਂਗੇ, ਇਹ ਨਹੀਂ ਲਿਖਦੇ ਵੀ ਗਰੀਬੀ ਅਤੇ ਅਮੀਰੀ ਦਾ ਪਾੜਾ ਖਤਮ ਕਰ ਦਿਆਂਗੇ, ਇਹ ਕਦੇ ਨਹੀਂ ਲਿਖਦੇ। ਇਹ ਅਸਲ 'ਚ ਪਾੜਾ ਖਤਮ ਕਰਨ ਦਾ ਮਤਲਬ ਹੈ ਵੀ ਗਰੀਬਾਂ ਜੇ ਅਤੇ ਤੁਹਾਡੇ ਕੋਲ ਕੁਛ ਜ਼ਿਆਦਾ ਮਾਲ ਪਿਆ, ਮੇਰੇ ਕੋਲ ਕੁਛ ਹੈ ਨਹੀਂ, ਤਾਂ ਸਾਡੀ ਬਰਾਬਰ ਤਾਂ ਫਿਰ ਹੀ ਹੋ ਸਕਦੀ, ਤੁਹਾਡੇ ਕੋਲੋਂ ਖਿੱਚ ਕੇ ਮੈਨੂੰ ਦੇਣਾ, ਵੱਡਿਆਂ ਤੋਂ ਲੈ ਕੇ ਛੋਟਿਆਂ ਨੂੰ ਦੇਣਾ, ਛੋਟਿਆਂ ਨੂੰ ਵੱਡਿਆਂ ਦੇ ਬਰਾਬਰ ਕਰਨਾ, ਇਹਨਾਂ ਦੀ ਇਕੁਅਲਟੀ, ਇਹ ਪਾੜਾ, ਇਹ ਖਾਈ ਨੂੰ ਘਟਾਉਣਾ, ਗਰੀਬੀ ਅਤੇ ਅਮੀਰੀ ਦੀ ਖਾਈ ਨੂੰ ਘਟਾਉਣ ਦੀ ਖਾਤਰ ਵੱਡੇ ਲੋਕਾਂ ਦੇ ਧਨ ਤੋਂ ਨੂੰ ਆਪਦੇ ਕਬਜ਼ੇ 'ਚ ਲੈ ਕੇ ਛੋਟੇ ਲੋਕਾਂ ਦੀ ਖਾਤਰ ਦੇਣਾ, ਫਿਰ ਹੀ ਉਹ ਮੰਡੀ 'ਚ ਜਾਣਗੇ, ਬਿਲਕੁਲ, ਫਿਰ ਹੀ ਮੰਡੀ ਵਿਕਸਿਤ ਹੋਊਗੀ। ਜੇ ਮੰਡੀ ਵਿਕਸਿਤ ਹੋਊਗੀ ਤਾਂ ਉਹ ਫੈਕਟਰੀਆਂ ਤੋਂ ਮਾਲ ਮੰਗੂਗੀ, ਤਾਂ ਫੈਕਟਰੀਆਂ ਦੇ ਵਿੱਚ ਬੰਦਿਆਂ ਦੀ ਲੋੜ ਪੈਣੀ ਹੈ, ਫੈਕਟਰੀ ਨੂੰ ਕੱਚੇ ਮਾਲ ਦੀ ਲੋੜ ਪੈਣੀ ਹੈ, ਤਾਂ ਕੱਚੇ ਮਾਲ ਵਾਲੇ ਖੇਤਾਂ ਵੱਲ ਵਧਣਗੇ, ਖੇਤਾਂ 'ਚ ਬੰਦਿਆਂ ਦੀ ਲੋੜ ਪੈਣੀ ਹੈ, ਖੇਤਾਂ ਨੂੰ ਵੱਧ ਉਤਪਾਦਨ ਕਰਨ ਦੀ ਲੋੜ ਪੈਣੀ ਹੈ। ਇਹ ਰੂਟੀਨ ਨਹੀਂ ਜਿੰਨਾ ਚਿਰ ਤੱਕ ਬਣਦੀ, ਖਪਤਕਾਰ ਅਤੇ ਮੰਡੀ, ਮੰਡੀ ਅਤੇ ਇੰਡਸਟਰੀ, ਇੰਡਸਟਰੀ ਅਤੇ ਐਗਰੀਕਲਚਰ, ਜਿੰਨਾ ਚਿਰ ਇਹ ਰੂਟੀਨ ਨਹੀਂ ਬਣਦੀ ਉਨਾ ਚਿਰ ਤੱਕ ਇੱਥੇ ਕਿਸੇ ਖੁਸ਼ਹਾਲ ਦੇਸ਼ ਹੋ ਨਹੀਂ ਸਕਦਾ। ਪ੍ਰਧਾਨ ਜੀ, ਅਖੀਰ 'ਤੇ ਲੋਕ ਬੜੀ ਚਰਚਾ ਕਰਦੇ ਨੇ, ਬਹੁਤ ਸਾਰੇ ਲੋਕਾਂ ਦੇ ਕਮੈਂਟ ਵੀ ਹੁੰਦੇ ਨੇ, ਕਹਿੰਦੇ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਜਿਹੜੀ ਹੈਗੀ ਆ ਉਹ ਮੰਨਿਆ ਜਾਂਦਾ ਵੀ ਬਹੁਤ ਵੱਡਾ ਕੇਡਰ ਆ, ਤੁਹਾਡੇ ਕੋਲ ਬਹੁਤ ਜਥੇਬੰਦੀ ਜਿਹੜੀ ਤੁਹਾਡੀ ਵੱਡੀ ਆ। ਕਹਿੰਦੇ ਭਗਵੰਤ ਸਿੰਘ ਮਾਨ ਹੁਣ ਇਹਨੂੰ ਉਸ ਤਰ੍ਹਾਂ ਨਹੀਂ ਲੈਂਦੀ, ਕਹਿੰਦੇ ਇਹ ਵੀ ਜਿਵੇਂ ਹੁੰਦਾ ਸੀ ਜੇ ਅਕਾਲੀਆਂ ਦੇ ਖਿਲਾਫ ਧਰਨਾ ਲੱਗਣਾ, ਕਾਂਗਰਸੀਆਂ ਦੇ ਖਿਲਾਫ ਕਰੜੇ ਹੱਥੀਂ ਬੜੇ ਲੈਂਦੇ ਸੀ, ਬਾਕੀ ਇਹ ਲੋਕਾਂ ਦੀ ਚਰਚਾ ਹੀ ਆ ਜਾਂ ਫਿਰ ਕਿਤੇ ਨਾ ਕਿਤੇ ਭਗਵੰਤ ਸਿੰਘ ਮਾਨ ਹੁਣਿਆਂ ਨਾਲ ਗੱਲ ਹੋਈ ਤੁਹਾਡੀ ਪਰਸਨਲੀ ਹੋ ਜਾਂਦੀ ਹੈ ਕਦੇ? ਦੇਖੋ, ਜਿਹੜਾ ਇਹ ਕਹਿਣਾ ਤੁਸੀਂ ਸ਼ਾਇਦ ਸੁਣਿਆ ਹੋਣਾ, ਜਦੋਂ ਅਕਾਲੀਆਂ ਦਾ ਰਾਜ ਸੀ ਸਾਨੂੰ ਉਦੋਂ ਵੀ ਕੁਛ ਇਹ ਲੋਕ ਕਹਿੰਦੇ ਹੁੰਦੇ ਵੀ ਇਹ ਤਾਂ ਅਕਾਲੀਆਂ ਨਾਲ ਰਲੇ ਹੋਏ ਨੇ। ਜਦੋਂ ਅਮਰਿੰਦਰ ਦਾ ਰਾਜ ਸੀ ਸਾਨੂੰ ਉਦੋਂ ਵੀ ਸੁਣਨ ਨੂੰ ਮਿਲਿਆ ਵੀ ਤੁਸੀਂ ਤਾਂ ਅਮਰਿੰਦਰ ਨਾਲ ਰਲੇ ਹੋਏ ਹੋ ਜੀ। ਮੈਨੂੰ ਇਹ ਦੱਸੋ ਹੁਣ ਆਪ ਦਾ ਵੀ ਸਾਡਾ ਇਹ ਹੈ ਵੀ ਭਗਵੰਤ ਮਾਨ ਨਾਲ ਰਲੇ ਹੋਏ, ਮੈਨੂੰ ਕੋਈ ਇਹ ਜਥੇਬੰਦੀ ਦੱਸੇ, ਤੁਸੀਂ ਵੀ ਦੱਸੋ ਮੈਨੂੰ ਵੀ ਆਹ 2 ਸਾਲ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਦੇ ਖਿਲਾਫ਼ ਜਿੰਨੇ ਐਕਸ਼ਨ ਅਸੀਂ ਕੀਤੇ ਨੇ ਹੋਰ ਕਿਸੇ ਨੇ ਨਹੀਂ ਕੀਤੇ। ਭਗਵੰਤ ਮਾਨ ਦੀ ਕੋਠੀ ਦੇ ਮੂਹਰੇ 2022 ਨੂੰ ਅਸੀਂ 1 ਮਹੀਨਾ ਉਹਦੀ ਰਿਹਾਇਸ਼ ਦੇ ਮੂਹਰੇ ਧਰਨਾ ਲਾ ਕੇ ਬੈਠੇ ਹਾਂ, ਦੀਵਾਲੀ ਵਾਲੇ ਦਿਨ ਸਾਡੇ ਧਰਨਾ ਲੱਗਿਆ ਹੋਇਆ ਸੀ। ਹਾਂਜੀ ਹਾਂਜੀ। 10 ਦੇ ਕਿਸੇ ਸਰ ਕਿਸੇ ਨੇ ਕਿਸੇ 1 ਮਹੀਨਾ ਕੋਈ ਮੁੱਖ ਮੰਤਰੀ ਦੀ ਕੋਠੀ ਮੂਹਰੇ ਬੈਠੀ ਹੈ ਜਥੇਬੰਦੀ ਹੁਣ ਤੱਕ 10 ਦੇ। ਮੈਨੂੰ ਲੱਗਦਾ ਵੀ ਜਦੋਂ ਦੀ ਭਗਵੰਤ ਮਾਨ ਦੀ ਸਰਕਾਰ ਬਣੀ ਹੈ ਘੱਟੋ ਘੱਟ 2 ਦਰਜਨ ਤੋਂ ਉੱਤੇ ਕੇ ਮੁਜ਼ਾਹਰੇ ਅਸੀਂ DC ਦਫ਼ਤਰਾਂ ਦੇ ਮੂਹਰੇ ਅਸੀਂ ਕਰਤੇ। 4 ਥਾਵਾਂ 'ਤੇ ਸਾਡੇ ਪੱਕੇ ਮੋਰਚੇ ਭਾਰਤ ਮਾਲਾ ਪ੍ਰੋਜੈਕਟ 'ਤੇ ਚੱਲ ਰਹੇ ਨੇ, ਹੁਣ ਵੀ ਚੱਲ ਰਹੇ। 3 ਥਾਵਾਂ 'ਤੇ ਸਾਡਾ ਗੈਸ ਲਾਈਨ ਪਾਈਪ ਦੇ ਵਿਰੋਧ ਦੇ ਵਿੱਚ ਸਾਡੇ ਮੋਰਚੇ ਚੱਲ ਰਹੇ ਨੇ। ਸੈਂਕੜੇ ਬਰੰਟ ਕਬਜ਼ੇ ਅਸੀਂ ਨੇ ਰੋਕਤੇ, ਹਜ਼ਾਰਾਂ ਹੀ ਕੁਰਕੀਆਂ ਅਸੀਂ ਨੇ ਰੋਕੀਆਂ ਨੇ, ਹਜ਼ਾਰਾਂ ਹੀ ਜਗ੍ਹਾ 'ਤੇ ਭਗਵੰਤ ਮਾਨ ਦੀ ਸਰਕਾਰ ਜਦੋਂ ਜਬਰੀ ਮਕਾਨ ਢਾਉਣ ਆਈ ਹੈ ਜਾਂ ਮਕਾਨਾਂ ਦੇ ਕਬਜ਼ੇ ਲੈਣ ਆਈ ਹੈ ਅਸੀਂ ਉਹਨਾਂ ਨੂੰ ਕਬਜ਼ੇ ਰੋਕ ਕੇ ਦੇ ਨੇ ਸਰਕਾਰ ਨੇ, ਫਿਰ ਕਿਹੜੇ ਅਸੀਂ ਭਗਵੰਤ ਮਾਨ ਦੇ ਸਿਰ 'ਚ ਜਾ ਕੇ ਟੱਕਰ ਮਾਰੀਏ? ਇਸੇ ਗੱਲ ਨੂੰ ਮੰਨੋਗੇ ਤੁਸੀਂ ਵਿਰੋਧ? ਇੱਕ ਸਰਕਾਰ ਹੈ, ਇੱਕ ਜਨਤਕ ਜਥੇਬੰਦੀ ਹੈ, ਸਰਕਾਰ ਅਤੇ ਜਨਤਕ ਜਥੇਬੰਦੀ ਦੇ ਵਿਚਾਲੇ ਪਾੜਾ ਰਹਿਣਾ ਅਤੇ ਉਹਦਾ ਸੰਘਰਸ਼ ਕਰਨਾ ਇਹੀ ਇੱਕ ਉਦਾਹਰਨ ਹੁੰਦੀ ਹੈ ਕਿ ਹੁਣ ਅਸੀਂ ਬਹੁਤ ਵੱਡੀ ਜਥੇਬੰਦੀ ਹਾਂ, ਅਸੀਂ ਇਹ ਤਾਂ ਨਹੀਂ ਵੀ ਜਿਹੜਾ ਮਰਜ਼ੀ ਸੱਦ ਕੇ ਜਦੋਂ ਮਰਜ਼ੀ ਸੱਦ ਲਈਏ ਜਿੱਥੇ ਮਰਜ਼ੀ ਲੈ ਜਾਈਏ, ਅਸੀਂ ਹਰ ਗੱਲ ਨੂੰ ਵਿਚਾਰ ਕੇ ਤੁਰਦੇ ਹਾਂ ਜੀ। ਇਹ ਬਹੁਤ ਸੌਖਾ ਕਹਿਣਾ,
ਇਹਦਾ ਮਤਲਬ ਤਾਂ ਇਹ ਹੈ ਵੀ ਇਹ ਬਹੁਤ ਵੱਡੀ ਜਥੇਬੰਦੀ ਹੈ। ਅਸੀਂ ਨੇ ਜਦੋਂ ਆਵਾਜ਼ ਮਾਰੀ ਇਹਨੂੰ ਪ੍ਰਚਾਰੋ ਨਾ ਸੁਣੋ ਨਾ, ਸਿੱਧੇ ਆ ਕੇ ਝੰਡੇ ਚੱਕ ਕੇ ਸਾਡੇ ਵਿੱਚ ਵੱਜੋ, ਐਂ ਨਹੀਂ ਅਸੀਂ ਕਰਦੇ। ਅਸੀਂ ਹਰੇਕ ਮੁੱਦੇ ਨੂੰ ਪਹਿਲਾਂ ਪੜ੍ਹਦੇ ਹਾਂ, ਪਹਿਲਾਂ ਵਿਚਾਰਦੇ ਹਾਂ, ਫਿਰ ਅਸੀਂ ਕਦਮ ਚੱਕਦੇ ਹਾਂ। ਅਸੀਂ ਬਿਨਾਂ ਕਦਮ ਚੱਕਿਆਂ ਕਦੇ ਅੰਨੇ ਧੁੰਦੇ ਜਾ ਕੇ ਕਿਸੇ ਦੀ ਹਮਾਇਤ 'ਤੇ ਜਾਂਦੇ, ਉਹਨਾਂ ਚਿਰ ਅਸੀਂ ਵਿਚਾਰਦੇ ਹਾਂ। ਇਸੇ ਕਰਕੇ ਉਹ ਲੋਕ ਇਹੋ ਜਿਹੇ ਲੋਕਾਂ ਦੇ ਵਿੱਚ ਬਹੁਤ ਵੱਡਾ ਹਿੱਸਾ ਹੁੰਦਾ, ਕਹਿ ਦਿੰਦੇ ਨੇ ਸਾਨੂੰ। ਇੱਕ ਤੁਹਾਡਾ ਨਹੀਂ, ਬਹੁਤ ਸਾਨੂੰ ਸੁਣਨ ਨੂੰ ਮਿਲਿਆ ਵੀ ਭਗਵੰਤ ਮਾਨ ਦਾ ਤੁਹਾਨੂੰ ਫੋਨ ਆਉਂਦਾ ਜੀ, ਭਗਵੰਤ ਮਾਨ ਨਾਲ ਤੁਹਾਡੀ ਗੱਲਬਾਤ ਹੋ ਜਾਂਦੀ ਹੈ ਵੀ ਭਲਾ ਵੀ ਉਹ ਮੁੱਖ ਮੰਤਰੀ, ਮੈਂ ਇੱਕ ਸਧਾਰਨ ਜਨਤਕ ਆਗੂ, ਮੇਰੇ ਨਾਲ ਕਾਹਦੇ ਵਾਸਤੇ ਗੱਲ ਕਰੂੰਗਾ, ਉਹਦਾ ਕੀ ਖੜਾ ਮੇਰੇ ਨਾਲ ਗੱਲ ਕਰਨ, ਮੈਂ ਉਹਦੀ ਮੂੰਹ ਕੀ ਬੰਦ ਕਰ ਦੂੰਗਾ, ਭਲਾ ਕੀ ਕਰ ਦੂੰਗਾ ਮੈਂ ਉਹਦਾ। ਯਾਨੀ ਕਿ ਚਰਚਾ ਹੀ ਹੈ, ਸਿਰਫ ਚਰਚਾ ਹੀ ਹੈ, ਨਹੀਂ ਇਸ ਤਰ੍ਹਾਂ ਨਾ ਜਥੇਬੰਦੀਆਂ ਚੱਲਦੀਆਂ। ਜਥੇਬੰਦੀਆਂ ਕਦੇ ਵੀ ਜੇ ਪ੍ਰਸ਼ਾਸਨ ਨਾਲ ਸਰਕਾਰ ਨਾਲ ਮਿਲ ਕੇ ਚੱਲਣਗੀਆਂ, ਉਹ ਜਥੇਬੰਦੀਆਂ ਬਹੁਤਾ ਚਿਰ ਨਹੀਂ ਚੱਲਦੀਆਂ ਹੁੰਦੀਆਂ। ਪਰਚੇ ਉਵੇਂ ਹੁੰਦੇ ਆ ਤੁਹਾਡੇ 'ਤੇ ਜਿਵੇਂ ਪਹਿਲਾਂ ਵਾਲੀਆਂ ਸਰਕਾਰਾਂ 'ਚ ਹੁੰਦੇ ਸੀ, ਪਰਚਿਆਂ ਦਾ ਤਰੀਕਾ ਉਹੀ ਹੈ ਜੇ ਅੰਦੋਲਨ। ਇੱਕ ਹੋਰ ਦੇਖ ਲਓ ਫਿਰ, ਆ ਪਰਚਿਆਂ ਵਾਲੀ ਦੇਖ ਲਓ ਜੀ। ਤੁਸੀਂ 2002 ਸਾਲ ਹੋਣ ਵਾਲੇ ਨੇ ਭਗਵੰਤ ਮਾਨ ਦੀ ਸਰਕਾਰ ਜੀ, ਸਭ ਤੋਂ ਵੱਧ ਪਰਚੇ ਸਾਡੀ ਜਥੇਬੰਦੀ ਦੇ ਸਿਰ ਨੇ ਇਸ ਸਰਕਾਰ 'ਚ, ਇਸ ਸਰਕਾਰ ਦੇ ਜੀ ਸਭ ਤੋਂ ਵੱਧ ਪਰਚੇ ਦੱਸਦੇ ਕੱਢ ਲੈਣ ਸਾਰੇ, ਅਤੇ ਸਾਰਾ ਰਿਕਾਰਡ ਆ, ਅਸੀਂ ਨੀਵੇਂ ਤਾਂ ਖੜ ਜਾਂਗੇ ਜੇ ਪਰਚੇ ਕਿਸੇ ਹੋਰ ਜਥੇਬੰਦੀ ਸਿਰ ਹੋਣ, ਅਤੇ ਸਾਡੇ ਸਿਰ ਸਾਰੇ ਸਿਰ ਨੇ। ਆਹ ਜਿਹੜੀ ਇੱਥੇ ਜੌੜੀਆਂ ਵਾਲੀ ਜ਼ਮੀਨ ਦਾ ਅਸੀਂ ਕਬਜ਼ਾ ਲਿਆ ਜੀ, ਉਹਨੇ ਆੜ੍ਹਤੀਏ ਦੇ ਉਹਦੇ 'ਤੇ ਸਾਡੇ ਪਰਚੇ ਨੇ। ਜਹਾਂਗੀਰ ਵਾਲੀ ਜ਼ਮੀਨ 'ਤੇ ਅਸੀਂ ਲੜਿਆ, ਇਹ 'ਤੇ ਸਾਡੇ ਪਰਚੇ ਨੇ। ਭਾਰਤ ਮਾਲਾ ਪ੍ਰੋਜੈਕਟ 'ਤੇ ਲੜਿਆ ਅਸੀਂ, ਉਹ 'ਤੇ ਸਾਡੇ ਪਰਚੇ ਨੇ। ਗੈਸ ਲਾਈਨ ਪਾਈਪਲਾਈਨ 'ਤੇ ਲੜਿਆ ਅਸੀਂ, ਉਹ 'ਤੇ ਸਾਡੇ 'ਤੇ ਪਰਚੇ ਨੇ। ਜਿਹੜੀ ਬਠਿੰਡੇ ਵਾਲੀ ਆ ਭਾਰਤ ਮਾਲਾ ਪ੍ਰੋਜੈਕਟ ਬਠਿੰਡੇ ਵਾਲੀ, ਉੱਧਰੋਂ ਨਿਕਲਦੀ ਸੀ ਦੱਬ ਵਾਲੀ ਆ ਪਾਸਿਓਂ, ਉਹਦੇ 'ਤੇ ਸਾਡੇ ਪਰਚੇ ਨੇ। ਜਿਹੜੀ ਮਲੇਰਕੋਟਲੇ ਵਾਲੀ ਨਿਕਲੀ ਆ ਉਹਦੇ 'ਤੇ ਸਾਡੇ ਪਰਚੇ ਨੇ। ਇੱਕ ਆ ਭਵਾਨੀਗੜ੍ਹ ਵਾਲੀ ਨਿਕਲੀ ਆ ਜਿਹਦੇ, ਉਹਦੇ 'ਤੇ ਸਾਡੇ ਪਰਚੇ ਨੇ। ਆਹ ਪਰਾਲੀ ਪਰੂਲੀ ਵਾਲੀ ਤਾਂ ਤੁਸੀਂ ਗਿਣੇ ਨਾ, ਅਤੇ ਬਰੰਟ ਕਬਜ਼ ਵਾਲੇ ਲੰਘ, ਆਹ ਖੜਿਆਲ ਦੇ ਵਿੱਚ ਇਹ ਮਜ਼ਦੂਰਾਂ ਦੇ ਘਾਟ ਢਾਉਣਾ ਸੀ ਜੀ, ਇਹਨਾਂ ਦੇ ਬਲਡੋਜ਼ਰ, ਉਹਦੇ 'ਤੇ ਸਾਡੇ ਪਰਚੇ ਨੇ। ਮੈਨੂੰ ਲੱਗਦਾ ਵੀ ਜਿੰਨੇ ਵੱਧ ਪਰਚੇ ਸਾਡੇ 'ਤੇ ਨੇ, ਪੰਜਾਬ ਦੀਆਂ ਕੁੱਲ ਜਥੇਬੰਦੀਆਂ 'ਤੇ ਇੰਨੇ ਪਰਚੇ ਨਹੀਂ ਜਿੰਨੇ ਸਾਡੇ ਦੇ ਪਰਚੇ ਜੀ। ਪ੍ਰਧਾਨ ਜੀ, ਤੁਸੀਂ ਸਮਾਂ ਦਿੱਤਾ, ਗੱਲਬਾਤ ਹੋਈ, ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਅੱਜ ਦੀ ਗੱਲਬਾਤ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਹੋਣਿਆਂ ਦੇ ਨਾਲ ਸੀ। ਗੱਲਬਾਤ ਪੰਜਾਬ ਦੀ ਕਿਸਾਨੀ, ਪੰਜਾਬ ਦੀ ਸਿਆਸਤ ਅਤੇ ਆਉਣ ਵਾਲੇ ਦਿਨਾਂ 'ਚ ਕਿਹੜੀਆਂ ਚੁਣੌਤੀਆਂ ਕਿਸਾਨਾਂ ਨੂੰ ਰਹਿਣ ਵਾਲੀਆਂ, ਨਾਲ ਹੀ ਭਾਰਤ ਬੰਦ ਦਾ ਜਿਹੜਾ ਸੱਦਾ ਦਿੱਤਾ ਗਿਆ ਉਸ ਦੇ ਵਿੱਚ ਕੀ ਹੋਵੇਗਾ, ਅਤੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਸਾਨਾਂ ਦੇ ਲਈ ਕਿਹੜੀਆਂ ਗੱਲਾਂ ਬਾਤਾਂ ਹੋਣਗੀਆਂ, ਗੱਲਬਾਤ ਹੋਈ ਆ, ਤੁਹਾਨੂੰ ਕਿਵੇਂ ਲੱਗੀ ਜ਼ਰੂਰ ਦੱਸਣਾ। ਮਿਲਦੇ ਹਾਂ ਕਿਸੇ ਨਵੀਂ ਸ਼ਖਸੀਅਤ ਦੇ ਨਾਲ, ਹੁਣ ਦਿਓ ਆਗਿਆ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।